ਸੋ ਅਗਲਾ ਸ਼ਬਦ ਸੋਦਰ ਦੀ ਬਾਣੀ ਵਿੱਚੋਂ ਹੀ ਹੈ ਆਸਾ ਰਾਗ ਦੇ ਵਿੱਚ ਆਸਾ ਮਹਿਲਾ ਪਹਿਲਾ ਇਹ ਸ਼ਬਦ ਛੋਟਾ ਹੀ ਹੈ ਪਰ ਇਹਦੇ ਵਿੱਚ ਵੀ ਜਿਵੇਂ ਅਸੀਂ ਪਿਛਲੇ ਸੈਸ਼ਨ 'ਚ ਕੀਤਾ ਸੀ ਗੁਰਬਾਣੀ 'ਚੋਂ ਅਲੱਗ-ਅਲੱਗ ਮਿਸਾਲਾਂ ਲਵਾਂਗੇ ਅਲੱਗ-ਅਲੱਗ ਫਰਮਾਨ ਲਵਾਂਗੇ ਤਾਂ ਕਿ ਸਿਧਾਂਤ ਸਪਸ਼ਟ ਹੋ ਜਾਣ ਤੇ ਗੁਰਬਾਣੀ ਦੇ ਨਾਲ ਸਾਡੀ ਜਾਣ ਪਛਾਣ ਬਣੇ ਤੇ ਜਿਵੇਂ ਵੀਰ ਜੀ ਨੇ ਕਿਹਾ ਅਸੀਂ ਬਿਨਾ ਸੋਚੇ ਸਮਝੇ ਹੀ ਸਿੱਟਾ ਕੱਢ ਲਿਆ ਕਿ ਗੁਰਬਾਣੀ ਪੜ੍ਹਨੀ ਬੜੀ ਔਖੀ ਹੈ। ਇੱਕ ਵਾਰ ਮੈਨੂੰ ਇੱਕ ਪ੍ਰੋਫੈਸ਼ਨਲ ਬੰਦਾ ਮਿਲਿਆ ਤੇ ਉਹ ਜਾਣਦਾ ਸੀ ਕਿ ਮੈਂ ਗੁਰਬਾਣੀ ਦੀ ਸਟੱਡੀ ਕਰਦਾ। ਕਹਿੰਦੇ ਹਾਂ ਜਸ਼ਪਾਲ ਜੀ ਮੈਨੂੰ ਵੀ ਲੱਗਦਾ ਪਰ ਗੁਰਬਾਣੀ ਨਾਲ ਬੜੀ ਔਖੀ ਹੈ ਪੜ੍ਹਨੀ। ਤੇ ਉਹ ਪੜ੍ਹੇ ਲਿਖੇ ਬੰਦਾ ਸੀ ਆਪਣੇ profession ਦਾ ਸਿਗਾ ਮਾਹਰ। ਤੇ ਮੈਂ ਕਿਹਾ ਅੱਛਾ ਤੁਸੀਂ ਗੁਰਬਾਣੀ ਕਿੰਨੀ ਵਾਰ ਪੜ੍ਹੀ ਹੈ? ਕਹਿੰਦੇ ਮੈਂ ਤੇ ਇੱਕ ਵਾਰ ਵੀ ਨਹੀਂ ਪੜ੍ਹੀ। ਤੇ ਮੈਂ ਕਿਹਾ ਜਿਹੜਾ ਕੰਮ ਤੁਸੀਂ ਕੀਤਾ ਹੀ ਨਹੀਂ ਉਹਦੇ ਬਾਰੇ ਤੁਸੀਂ ਇਹ ਫੈਸਲਾ ਕਿਵੇਂ ਸੁਣਾ ਦਿੱਤਾ ਕਿ ਇਹ ਕਰਨਾ ਬੜਾ ਔਖਾ ਹੈ? ਹੁਣ ਤੁਹਾਨੂੰ ਲੱਗਿਆ ਜਹਾਜ਼ ਚਲਾਉਣਾ ਬੜਾ ਔਖਾ ਹੈ ਪਰ ਹਜ਼ਾਰਾਂ ਲੱਖੋ ਲੋਕ ਜਹਾਜ਼ ਚਲਾਉਂਦੇ ਨੇ ਮੈਂ ਵੀ ਜਹਾਜ਼ ਚਲਾਉਣਾ ਸੋ ਐਸੀ ਕੋਈ ਗੱਲ ਨਹੀਂ ਹੈ ਕਿ ਜਦ ਤੱਕ ਜਿਸ ਕੰਮ ਵਿੱਚ ਪਿਆ ਨਾ ਜਾਵੇ ਉਹਦੇ ਬਾਰੇ ਅਸੀਂ ਵਿੱਚ ਕਹਿ ਨਹੀਂ ਸਕਦੇ ਤੇ ਦੂਜੀ ਗੱਲ ਸਿਆਣਾ ਬੰਦਾ ਜਾਣਦਾ ਹੈ ਜਿਹੜਾ ਕੰਮ ਔਖਾ ਲੱਗੇ ਉਹਨੂੰ ਬਾਰ-ਬਾਰ ਕਰੋ ਉਹ ਕੰਮ ਸੌਖਾ ਹੋ ਜਾਂਦਾ ਹੈ ਪਹਿਲੀ ਵਾਰ ਰੋਟੀਆਂ ਬਣਾਓ ਤੇ ਨਹੀਂ ਬਣਦੀ ਗੋਲ ਫਿਰ ਜਿਹੜੀ ਬੀਬੀਆਂ ਐਕਸਪਰਟ ਹੋ ਜਾਂਦੀ फटाफट ਕਿਤਾ ਪੇੜੇ ਕਰਕੇ ਵੇਲ ਕੇ ਰੋਟੀ ਬਣ ਜਾਂਦੀ ਹੈ ਸੋ ਕਿਸ ਤਰ੍ਹਾਂ ਆਇਆ ਉਹ ਅਭਿਆਸ ਦੇ ਨਾਲ ਆਇਆ ਬਾਰ-ਬਾਰ ਕਰਕੇ ਹੋਇਆ ਸੋ ਜਿਸ ਬਾਣੀ ਬਾਰੇ ਅਸੀਂ ਪੜਿਆ ਹੀ ਨਹੀਂ ਹੁਣ ਮੈਂ ਦੇਖੋ ਮਰਚਨ ਨੇਵੀ ਦੀ ਪੜ੍ਹਾਈ ਦੀਆਂ ਨਹੀਂ ਮੋਟੀ-ਮੋਟੀ ਕਿਤਾਬਾਂ ਪੜੀਆਂ ਸ਼ਿਪ ਕੰਸਟਰਕਸ਼ਨ ਪੜੀ ਸੀਮੈਂਸ਼ਿਪ ਪੜੀ ਸੈਲੈਸਟੀਅਲ ਨੇਵੀਗੇਸ਼ਨ ਪੜੀ ਪ੍ਰੈਕਟੀਕਲ ਨੇਵੀਗੇਸ਼ਨ ਪੜੀ ਸ਼ਿਪ ਆਰਕੀਟੈਕਚਰ ਪੜਿਆ ਤੇ ਸ਼ਿਪ ਮੈਨੇਜਮੈਂਟ ਪੜਿਆ ਕਿੰਨਾ ਕੁਝ ਪੜਿਆ ਤੇ ਫਿਰ ਬਾਅਦ ਚ ਗੁਰਬਾਣੀ ਵੀ ਪੜੀ ਕਿਉਂਕਿ ਮੈਂ ਦੋਨੋਂ ਪਾਸੇ ਪੜੇ ਨੇ ਇਸ ਕਰਕੇ ਮੈਂ ਇਹ ਬੜੇ ਦਾਅਵੇ ਨਾਲ ਕਹਿ ਸਕਦਾ ਮੈਂ ਫਿਜ਼ਿਕਸ ਕੈਮਿਸਟਰੀ ਮੈਥ ਵੀ ਪੜਿਆ ਤੇ ਗੁਰਬਾਣੀ ਪੜਨੀ ਉਹ ਸਾਰਿਆਂ ਨਾਲੋਂ ਸੌਖੀ ਹੈ ਪਰ ਕਿਉਂਕਿ ਅਸੀਂ ਕਦੀ ਸ਼ੁਰੂ ਹੀ ਨਹੀਂ ਕਰਦੇ ਤੁਸੀਂ ਇਹ ਦੱਸੋ ਇੱਕ ਪਾਸੇ ਅਸੀਂ ਕਹਿੰਨੇ ਗੁਰੂ ਨਾਨਕ ਪਾਤਸ਼ਾਹ ਨੇ ਬਾਣੀ ਜਨਸਾਧਾਰਨ ਲਈ ਉਚਾਰੀ ਕਿਉਂਕਿ ਵੇਦ ਸ਼ਾਸਤਰ ਜਿਹੜੇ ਉਹ ਤੇ ਸੰਸਕ੍ਰਿਤ ਵਿੱਚ ਸੀਗੇ ਇੱਕ ਪਾਸੇ ਅਸੀਂ ਇਹ ਕਹਿੰਨੇ ਕਿ ਗੁਰਬਾਣੀ ਗੁਰੂ ਸਾਹਿਬ ਨੇ ਆਮ ਜਮੀਦਾਰ ਲਈ ਹੱਟੀ ਵਾਲੀ ਲਈ ਜਿਹੜੇ ਇੱਕ ਜਨਸਾਧਾਰਨ ਲਈ ਘਰਾਂ 'ਚ ਗ੍ਰਸਤੀ ਲੋਕ ਨੇ ਉਹਨਾਂ ਲਈ ਉਚਾਰੀ ਤੇ ਦੂਜੇ ਪਾਸੇ ਅਸੀਂ ਉਸੇ ਜੁਬਾਨ ਨਾਲ ਕਹਿੰਦੇ ਨੇ ਕਿ ਬਾਣੀ ਪੜ੍ਹਨੀ ਬੜੀ ਔਖੀ ਹੈਗੀ ਹੈ ਸੋ ਗੱਲਾਂ ਤੇ ਆਪਾ ਵਿਰੋਧੀ ਹੋ ਗਈਆਂ ਸੋ ਇਸ ਕਰਕੇ ਉਹ ਸ਼ਬਦ ਔਖੇ ਤੇ ਜੇ ਕੋ ਤੁਸੀਂ ਕੋਈ ਕਹਾਣੀ ਦੀ ਕਿਤਾਬ ਪੜੋਗੇ ਕੋਈ ਅਖਬਾਰ ਪੜੋਗੇ ਉਹ ਚ ਵੀ ਤੁਹਾਨੂੰ ਕੋਈ ਨਾ ਕੋਈ ਸ਼ਬਦ ਐਸਾ ਮਿਲ ਜਾਏਗਾ ਜਿਹਦਾ ਤੁਹਾਨੂੰ ਨਹੀਂ ਪਤਾ ਹੋਏਗਾ ਤੇ ਕੀ ਕਰਨਾ ਚਾਹੀਦਾ ਡਿਕਸ਼ਨਰੀ ਖੋਲ ਕੇ ਦੇਖਣੀ ਚਾਹੀਦੀ ਹੈ ਸੋ ਅੱਜ ਕੱਲ ਤੇ ਪਿਆਰੇ ਬੱਚਿਓ ਪਿਆਰੇ ਵਿਦਿਆਰਥੀਓ ਮੈਂ ਵਿਦਿਆਰਥੀ ਹੀ ਕਹਾਵਾਂਗਾ ਤੁਹਾਨੂੰ ਕਿਉਂਕਿ ਮੇਰੇ ਮੂਹ ਵਿਦਿਆਰਥੀ ਚੜਿਆ ਕਿਉਂਕਿ ਮੈਂ ਚੈਨਲ ਤੇ ਰੋਜ਼ ਵੀਡੀਓ ਬਣਾਉਣਾ ਤੇ ਮੇਰਾ ਵੀਡੀਓ ਦਾ ਸਟਾਰਟਿੰਗ ਹੀ ਪਾਇ ਪਿਆਰੇ ਵਿਦਿਆਰਥੀ ਹੁੰਦਾ ਹੈ ਇਹ ਤੇ ਤੁਸੀਂ ਡਾਊਨਲੋਡ ਕਰੋ ਪੰਜਾਬੀ ਕੋਸ਼ ਮੈਂ ਦੱਸਦਾਗਾ ਬਾਅਦ ਚੋਂ ਤੇ ਇੱਕ ਮਹਾਨ ਕੋਸ਼ ਵੀ ਹੈਗਾ ਜਿਹੜਾ ਸ਼ਬਦ ਨਹੀਂ ਪਤਾ ਲੱਗਦਾ ਦੇਖੋ ਟਾਈਪ ਕਰੇ ਫਟਾ ਅਰਥ ਪਤਾ ਲੱਗ ਜਾਂਦੇ ਨੇ ਮੈਂ ਬੱਚੋ ਦੱਸ ਦਾਂਗਾ ਸਾਰੇ ਤੁਹਾਨੂੰ ਦਿਖਾ ਦੇਵਾਂਗਾ ਸੋ ਇਹ ਮੇਰੇ ਕੋਲ ਪਤਾ ਕਰ ਲੈਣਾ ਐਪ ਡਾਊਨਲੋਡ ਕਰ ਲੋ ਇਹ ਪੰਜਾਬੀ ਸ਼ਬਦ ਕੋਸ਼ ਵੀ ਹੈਗਾ ਮਹਾਨ ਕੋਸ਼ ਵੀ ਹੈਗਾ ਸੋ ਅਸੀਂ ਇਹਨਾਂ ਨੂੰ ਜਿਹੜੀ ਗੈਜਟਸ ਹੈਗੀਆਂ ਇਹਨਾਂ ਨੂੰ ਆਪਣੇ ਹਿੱਤ ਲਈ ਵਰਤਣਾ ਦੀ ਅਸੀਂ ਜਾਂਚ ਪਾਈ ਹੈ ਸਿੱਖੀ ਹੈ ਜੜੀ ਠੀਕ ਹੈ ਨਾ ਸੋ ਅਸੀਂ ਹੁਣ ਸ਼ੁਰੂ ਕਰਦੇ ਆ ਆਸਾ ਮਹਿਲਾ ਪਹਿਲਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਹੈ ਵਲੀ ਤਿਤ ਸਰ ਵਰੜੈ ਭੀਲੇ ਨਿਵਾਸਾ ਤਿਤ ਮਨੇ ਉਸ ਸਰਵਰ ਬਣੀ ਹੁੰਦਾ ਸਰੋਵਰ ਤਲਾ ਸਾਗਰ ਸਰਵਰੜਾ ੜਾੜਾ ਨਾਲ ਲੱਗਿਆ ਭਾਵ ਭਿਆਨਕ ਡਰਾਉਣਾ ਵਿਕਰਾਲ ਭੇਲੇ ਨਿਵਾਸਾ ਸਾਡੇ ਜੀਵਾਂ ਦਾ ਉਸ ਡਰਾਉਨੇ ਸਰੋਵਰ ਵਿੱਚ ਨਿਵਾਸ ਹੋਇਆ ਹੈ ਪਾਣੀ ਪਾਵਕ ਤਨੇ ਨਹੀਂ ਕੀਆ ਤਨੇ ਮਨੇ ਉਸ ਵਾਹਿਗੁਰੂ ਨੇ ਤੇ ਉਸ ਸਰੋਵਰ ਵਿੱਚ ਪਾਣੀ ਨਹੀਂ ਹੈਗਾ ਕੀ ਹੈਗਾ ਪਾਵਕ ਪਾਵਕ ਕੀ ਹੁੰਦਾ ਅੱਗ ਅੱਗ ਇਸ ਸਾਗ ਡਰਾਉਣੇ ਸਾਗਰ ਵਿੱਚ ਪਾਣੀ ਦੀ ਥਾਂ ਕੀ ਹੈਗਾ ਤ੍ਰਿਸ਼ਨਾ ਦੀ ਅੱਗ ਹੈਗੀ ਹੈ ਮਾਇਆ ਦੀ ਅੱਗ ਹੈਗੀ ਹੈ ਪੰਕਜੋ ਪੰਕਮਨੇ ਚਿਕੜ ਪੰਕਜਮਨੇ ਚਿਕੜ ਵੀ ਹੁੰਦਾ ਹੈ ਪੰਕਜਮਨੇ ਕਮਲ ਦਾ ਫੁੱਲ ਵੀ ਹੁੰਦਾ ਕਿਉਂਕਿ ਪੰਕਜਮਨੇ ਜੱਜੇ ਤੋਂ ਜਨਮ ਜਿਹਦਾ ਜਨਮ ਚਿਕੜ ਵਿੱਚ ਹੋਇਆ ਹੈ ਪੰਕਜ ਭਾਵ ਕਮਲ ਦਾ ਫੁੱਲ ਜੱਜਾ ਤਾਤੂਏ ਜਨਮ ਤੋਂ ਪੰਕਜ ਪਾਵ ਜਿਹਦਾ ਜਨਮ ਪੰਕ ਵਿੱਚ ਹੋਇਆ ਚਿੱਕੜ ਵਿੱਚ ਹੁੰਦਾ ਕਮਲ ਦਾ ਫੁੱਲ ਸੋ ਪੰਕ ਮੈਨੇ ਧੂੜ ਵੀ ਹੁੰਦਾ ਹੈ ਪੰਕ ਮੈਨੇ ਚਿੱਕੜ ਵੀ ਹੁੰਦਾ ਹੈ ਤੇ ਪੰਕਜ ਦਾ ਮਤਲਬ ਚਿੱਕੜ ਵੀ ਹੁੰਦਾ ਹੈ ਤੇ ਕਮਲ ਦਾ ਫੁੱਲ ਵੀ ਹੁੰਦਾ ਹੈ ਅਕੋਰਡਿੰਗ ਟੂ ਦੀ ਕੰਟੈਕਸਟ ਅਸੀਂ ਸਾਰੇ ਦੇਖਾਂਗੇ ਪੰਕ ਜੋ ਮੋਹ ਤੇ ਇਸ ਜਗਤ ਦੇ ਵਿੱਚ ਚਿੱਕੜ ਕਿਹੜਾ ਹੈ ਇਹ ਮਾਇਆ ਦਾ ਮੋਹ ਜਿਹੜਾ ਹੈ ਇਹ ਚਿੱਕੜ ਹੈਗਾ ਪੱਗ ਨਹੀਂ ਚੱਲੈ ਚੱਲੈ ਤੇ ਪੈਰ ਖੁੱਬੇ ਹੋਏ ਨੇ ਤੇ ਪੱਗ ਕਿਸ ਪਾਸੇ ਨਹੀਂ ਚਲਦੇ ਪਰਮਾਰਥ ਵਾਲੇ ਪਾਸੇ ਨਹੀਂ ਚੱਲਦੇ ਪਰਮਾਤਮਾ ਦੇ ਸਿਮਰਨ ਵਾਲੇ ਪਾਸੇ ਨਹੀਂ ਚੱਲ ਪੰਦੇ ਹਮ ਦੇਖਾ ਤੇ ਡੁੱਬੀ ਹਲੇ ਕਹਿੰਦੇ ਸਾਡੇ ਦੇਖਦੇ ਦੇਖਦੇ ਜੀਵ ਡੁੱਬੀ ਜਾ ਰਹੇ ਨੇ ਇਸ ਮੋਹ ਦੇ ਚਿੱਕੜ ਵਿੱਚ ਫਸੇ ਹੋਣ ਕਰਕੇ ਪੈਰ ਸਿਮਰਨ ਵਾਲੇ ਪਾਸੇ ਨਹੀਂ ਤੁਰਦੇ ਤੇ ਇਸ ਅਗ ਦੇ ਵਿੱਚ ਸੜੀ ਜਾ ਰਹੇ ਨੇ ਡੁੱਬੀ ਜਾ ਰਹੇ ਨੇ ਹੁਣ ਗੁਰੂ ਸਾਹਿਬ ਪ੍ਰੇਰਣਾ ਕਰਦੇ ਮੰਨ ਏਕ ਨ ਚੇਤਸ ਮੂਡ ਮਨਾ ਏ ਮੂਰਖ ਮੰਨ ਦੂਸਿਕ ਵਾਹਿਗੁਰੂ ਨੂੰ ਕਿਉਂ ਨਹੀਂ ਚੇਤੇ ਕਰਦਾ ਹਰ ਬਿਸਰਤ ਹਰੀ ਨੂੰ ਵਿਸਾਰ ਕੇ ਤੇਰੇ ਗੁਣ ਗਲਿਆ ਗਲਿਆ ਮਨੇ ਨਾਸ਼ੁਣਾ ਕਟਣਾ ਖਤਮ ਹੋਣਾ ਤੇਰੇ ਆਤਮਿਕ ਗੁਣ ਜਿਹੜਾ ਸਰਮਾਇਆ ਤੂੰ ਧਰੋਂ ਲੈ ਕੇ ਆਇਆ ਸੀਗਾ ਉਹ ਸਾਰਾ ਨਸ਼ਟ ਹੋਈ ਜਾ ਰਿਹਾ ਹੈ ਨਾ ਹੋ ਜਤੀ ਸਤੀ ਨਹੀਂ ਪੜਿਆ ਨਾ ਜਤ ਕਰਕੇ ਨਾ ਸਤ ਕਰਕੇ ਨਾ ਤਪ ਕਰਕੇ ਨਾ ਵਿਦਿਆ ਕਰਕੇ ਇਹ ਜਿਹੜਾ ਮੋ ਤਾਂ छुटकारा ਮਿਲ ਸਕਦਾ ਹੈ ਪਰ ਗੁਰੂ ਸਾਹਿਬ ਕਹਿੰਦੇ ਮੇਰੇ ਕੋ ਤੇ ਇਹ ਕੁਝ ਵੀ ਨਹੀਂ ਆਏਗਾ ਨਿਰਮਾਨਤਾ ਜਾ ਕੇ ਗੁਰੂ ਸਾਹਿਬ ਕਹ ਰਹੇ ਨੇ ਹੁਣ ਦੇਖੋ ਜੇ ਸਿੱਖਣਾ ਕੀ ਨਿਮਰਤਾ ਕੀ ਹੈਗੀ ਹੈ ਸੰਤੋਖ ਕੀ ਹੈਗਾ ਅਹੰਕਾਰ ਕੀ ਹੈਗਾ ਤੇ ਗੁਰਬਾਣੀ ਚ ਹੀ ਪਤਾ ਲੱਗੇਗਾ ਸਾਨੂੰ ਇਹਨਾਂ ਦਾ ਤਸੱਵਰ ਜਿਹੜਾ ਨਿਮਰਤਾ ਦਾ ਬੜਾ ਸਧਾਰਨ ਜਿਹਾ ਪਤਾ ਹੁੰਦਾ ਜਦੋਂ ਗੁਰੂ ਸਾਹਿਬ ਆਪਣੇ ਨੇ ਢੁਕਾ ਕੇ ਗੱਲ ਕਰਦੇ ਨੇ ਫਿਰ ਸਾਨੂੰ ਲੱਗਦਾ ਹੈ ਯਾਰ ਗੁਰੂ ਸਾਹਿਬ ਆਪਣੇ ਬਾਰੇ ਇਦਾਂ ਕਹ ਰਹੇ ਨੇ ਤੇਰਾ ਕੀਤਾ ਜਤੋਂ ਨਾਹੀਂ ਮੈਨੋਂ ਜੋ ਕੀਤਾ ਈ ਗੁਰੂ ਸਾਹਿਬ ਕਹ ਰਹੇ ਨੇ ਤੇ ਅਸੀਂ ਕੀ ਕਹਿੰਦੇ ਆ ਤੂੰ ਮੈਨੂੰ ਜਾਣਦਾ ਨਹੀਂ ਮੈਂ ਇਹ ਕੀਤਾ ਮੈਂ ਉਹ ਕੀਤਾ ਅਸੀਂ ਤਾਂ ਆਪਣਾ ਵੀ ਜਣਾਉਣੇ ਰਹਿੰਦੇ ਆ ਸੋ ਗੁਰੂ ਸਾਹਿਬ ਜੋਗਾ ਮੈਨੂੰ ਇਸ ਜੋਗਾ ਕੀਤਾ ਸੋ ਨਾ ਹੋ ਜਤੀ ਸਤੀ ਨਹੀਂ ਪੜਿਆ ਮੈਂ ਨਾ ਕੋਈ ਜਤੀ ਆ ਨਾ ਮੈਂ ਕੋਈ ਸਤੀ ਆ ਤੇ ਨਾ ਮੈਂ ਪੜਿਆ ਲਿਖਿਆ ਹਾਂ ਮੂਰਖ ਮੁਗਦਾ ਜਨਮ ਪਿਆ ਮੈਂ ਤੇ ਜਨਮ ਲੈ ਕੇ ਮੂਰਖ ਤੇ ਬੇਸਮਝ ਹੀ ਰਿਹਾ ਇਹ ਕੌਣ ਕਰ ਰਿਹਾ ਗੁਰੂ ਸਾਹਿਬ ਆਪਣਾ ਮਨ ਗਾਇਰੇ ਨੇ ਤਾਂ ਇਹ ਕਹਿੰਦੇ ਬਾਣੀ ਨੂੰ ਧਿਆਨ ਨਾ ਪੜੋਗੇ ਫਿਰ ਆਪਣਾ ਅਕਸ ਜਿਹੜਾ ਹੈ ਨਾ ਆਪਣੇ ਸ਼ੀਸ਼ੇ ਚ ਨਜ਼ਰ ਆਏਗਾ ਕਹਿੰਦੇ ਪ੍ਰਣਵਤ ਪ੍ਰਣਵਤ ਮਨੇ ਹੁੰਦਾ ਬੇਨਤੀ ਕਰਨੀ ਪ੍ਰਣਵਤ ਨਾਨਕ ਤਿੰਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਏ ਨਾਨਕ ਬੇਨਤੀ ਕਰ ਵਾਹਿਗੁਰੂ ਅੱਗੇ ਕਿ ਮੈਨੂੰ ਏ ਵਾਹਿਗੁਰੂ ਜੀ ਉਹਨਾਂ ਦੀ ਸ਼ਰਨ ਵਿੱਚ ਰੱਖ ਉਹਨਾਂ ਦੀ ਸੰਗਤ ਬਖਸ਼ ਜਿਨ ਤੂੰ ਨਾਹੀ ਜਿਨ੍ਹਾਂ ਨੇ ਤੈਨੂੰ ਨਹੀਂ ਵਿਸਾਰਿਆ ਸੁਖਮਨੀ ਸਾਹਿਬ ਦੇ ਪਹਿਲੇ ਪਦੇ ਚ ਵੀ ਅਸੀਂ ਪੜਦੇ ਆ ਕਾਂਖੀ ਇਕੈ ਦਰਸ ਤੂ ਹਾਰੋ ਨਾਨਕ ਉਨ ਸੰਗ ਮੋਇ ਕਾਂਖੀ ਬਨੇ ਕੀ ਹੁੰਦਾ ਚਾਹਵਾਨ ਆਕਾਂਖਸ਼ਾ ਜਿਹੜਾ ਖਸ਼ੋ ਹੈਗਾ ਨਾ ਸੰਸਕ੍ਰਿਤ ਦਾ ਉਹ ਪੰਜਾਬੀ ਜਾ ਕੇ ਖਖਾ ਬਣ ਜਾਂਦਾ ਹੈ ਖਸ਼ਮਾ ਦਾ ਖਿਮਾ ਸੁਰੱਖਿਆ ਦਾ ਸੁਰੱਖਿਆ ਰੱਖਿਆ ਦਾ ਰੱਖਿਆ ਨਿਰੀਖਣ ਦਾ ਨਿਰੀਖਣ सर्वेक्षण ਦਾ ਸਰਵੇਖਣ ਖੇਤਰਫਲ ਦਾ ਖੇਤਰਫਲ इवन છਛੇ ਦਾ ਵੀ ਛਛੇ ਦਾ ਵੀ ਲక్ష్మణ ਦਾ ਲక్ష్మణ ਲక్ష్ਮੀ ਦਾ ਲక్ష్ਮੀ ਜਾਂ ਲక్ష్ਮੀ ਵੀ ਬਣ ਜਾਂਦਾ ਆਭੂਸ਼ਣ ਦਾ ਆਭੂਖਣ ਵੀ ਆਭੂਸ਼ਣ ਦਾ ਵਿਭੂਖਣ ਹੁਣ ਦੇਖੋ ਇਹ ਨਿੱਕੇ ਨਿੱਕੇ ਝੁਗਤੀਆਂ ਨੇ ਜੇ ਤੁਹਾਨੂੰ ਪਤਾ ਹੋਣਾ ਤੇ ਫਿਰ ਗੁਰਬਾਣੀ ਨੂੰ ਸਮਝਣਾ ਪੜਨਾ ਸਮਝਣਾ ਬਹੁਤ ਹੀ ਸੌਖਾ ਹੈ ਕੋਈ ਔਖਾ ਨਹੀਂ ਪਹਿਲੇ ਤੇ ਆਪਣੇ ਮਨ ਵਿੱਚੋਂ ਇਹ ਧਾਰਨਾ ਕੱਢਣੀ ਜ਼ਰੂਰੀ ਹੈ ਕਿ ਗੁਰਬਾਣੀ ਪੜਨੀ ओके सो ਇਹ ਧਾਰਨਾ ਬਿਲਕੁਲ ਇੱਕ ਨੂੰ ਇਹਨੂੰ ਲਾਂਬੇ ਕਰ ਦੋ ਜੇ ਤੁਸੀਂ ਕਹੋਗੇ ਹਾਏ ਇੰਨੀ ਦੂਰ ਜਾਣਾ ਬਸ ਫਿਰ ਤੁਸੀਂ ਜਾ ਹੀ ਨਹੀਂ ਸਕਦੇ ਤੇ ਜੇ ਕੋਈ আরে ਵਾਹ मजा ਆ ਜਾਏਗਾ ਸੈਰ ਕਰਨ ਦਾ ਚੇਂਜ ਹੋ ਗਿਆ ਨਾ ਸੋ ਗੁਰੂ ਕੇ ਸਿੱਖ ਹਮੇਸ਼ਾ ਚੜਦੀ ਕਲਾ ਚ ਰਹਿੰਦੇ ਨੇ ਉਹ ਇਹ ਨਹੀਂ ਕਹਿੰਦੇ ਲੰਗਰ 깈 ਗਿਆ ਉਹ ਕਹਿੰਦੇ ਲੰਗਰ ਮਸਤਾਨਾ ਹੋ ਗਿਆ ਹੁਣ ਪੁਜੰਗੀ ਦੀ ਗੱਲ ਆਈ ਸੀ ਨਾ ਇਹ ਪੁਜੰਗੀ ਦਾ ਮਤਲਬ ਕੀ ਇਹ ਪੁਜੰਗ ਦਾ ਮਤਲਬ ਤੇ ਸਭ ਹੈਗਾ ਤੇ ਐਫ ਜੰਕੇ ਨੂੰ ਕਹਿੰਦੇ ਸੀ ਮੁਗਲ ਸੁਚਾਨੰਦ ਨੇ ਕਿਹਾ ਸੀਗਾ ਸਹਿਬਜ਼ਾਦਿਆਂ ਦੇ ਬਾਰੇ ਵੀ ਸੱਪਾਂ ਦੇ ਨਿਆਣੇ ਸੱਪ ਹੁੰਦੇ ਨੇ ਇਹ ਸੱਪਾਂ ਦੀ ਸਿਰियां ਜਮਦਿਆਂ ਦੀ ਫੇਰ ਦੇਣੀਆਂ ਚਾਹੀਦੀਆਂ ਤੇ ਉਹਨੇ ਸਹਿਬਜ਼ਾਦੇ ਨੂੰ ਸੱਪ ਕਿਹਾ ਸੀ ਉਹ ਤੇ ਸਿੰਘਾਂ ਨੇ ਇਸ ਚੀਜ਼ ਤੋਂ ਦਿਲ ਨਹੀਂ ਹਾਰਿਆ ਉਹ ਗੁੱਸੇ ਨਹੀਂ ਕੀਤਾ ਉਹਨਾਂ ਨੇ ਆਪਣੇ ਨਿਆਣੇ ਦਾ ਨਾਪੂ ਚੰਗ ਰੱਖ ਦਿੱਤਾ ਉਹ ਚੜ੍ਹਦੀ ਗਾਲਾਂ ਸੀਗੀ ਹੁਣ ਸਵਾਇਆ ਕੀ ਹੈ ਸਵਾਇਆ ਦਾ ਮਤਲਬ ਹੈ ਸਵਾ ਗੁਣਾ 1.25 ਵੈਸੇ ਥੋੜਾ ਹੈ ਪਰ ਸਿੰਘ ਥੋੜੇ ਨੂੰ ਸੁਆਇਆ ਗਿੰਦੇ ਨੇ ਭਾਵ ਸਿੱਖ ਕਦੀ ਵੀ ਨਿਰਾਸ਼ ਹੋ ਕੇ ਗੱਲ ਨਹੀਂ ਕਰਦਾ ਤੇ ਸਿੱਖ ਕਦੀ ਥੜਾ ਦਾ ਉਲਾਮਾ ਨਹੀਂ ਦਿੰਦਾ ਕਦੀ ਦੁੱਖ ਦਾ ਉਲਾਮਾ ਨਹੀਂ ਦਿੰਦਾ ਕਦੀ ਮੁਸੀਬਤ ਦਾ ਉਲਾਮਾ ਨਹੀਂ ਦਿੰਦਾ ਉਹ ਕਹਿੰਦੇ ਜੇ ਸੁੱਖ ਦੇਣ ਤਾਂ tujhe iraadi dukh bhi tujhe te aayi so ਇਸ ਤਰ੍ਹਾਂ ਜਿਹੜੀਆਂ ਗੁਰਬਾਣੀ ਤੋਂ ਸਾਨੂੰ ਇਦਾਂ ਦੀ ਪ੍ਰੇਰਣਾ ਚੜਦੀ ਕਲਾ ਦੀ ਮਿਲਦੀ ਹੈਗੀ ਹੈ so ਜਿੰਨ ਤੋਂ ਆकांਖਾ ਦੀ ਗੱਲ ਕਰ ਸੀ ਕਾਂਖੀ ਏ ਕੇ ਦਰਸ ਤੋ ਹਾਰੋ ਪਿਹੇ ਵਾਇਗਰੂ ਜੇਨਾ ਦੀ ਚਾ ਸਿਰਫ ਤੇ ਸਿਰਫ ਤੇਰਾ ਦਰਸ਼ਨ ਕਰਨਾ ਹੈ ਨਾਨਕ ਉਨ ਸੰਗ ਮੈ ਉਧਾਰੋ ਮੈਨੂੰ ਨਾਨਕ ਨੂੰ ਉਹਨਾਂ ਦੀ ਸ਼ਰਨ ਚ ਲਾ ਕੇ ਮੇਰਾ ਉਧਾਰ ਕਰੋ ਇੱਥੇ ਵੀ ਗੁਰਸਬ ਨੇ ਵੀ ਕਿਹਾ ਪ੍ਰਨਵਤ ਨਾਨਕ ਤਨ ਕੀ ਸਰਣਾ ਜਿੰਤੂ ਨਹੀਂ ਅਰਦਾਸ ਵਿੱਚ ਵੀ ਸੀ ਕਹਿੰਦੇ ਨਾ ਸਹੀ ਪਿਆਰੇ ਗੁਰੂਖ ਮੇਲ ਤੇਰਾ ਨਾਮ ਪੇ ਨਾਮ ਚੇਤਨਾ ਕਿੰਨਾ ਜ਼ਰੂਰੀ ਹੈ ਪੇ ਜੇ ਮੈਂ ਆਪ ਨਹੀਂ ਚੇਤੇ ਕਰਦਾ ਤੇ ਘੱਟ ਤੋਂ ਘੱਟ ਮੈਨੂੰ ਇਹੋ ਜਿਹੇ ਦੀ ਸੰਗਤ ਬਖਸ਼ ਦੇ ਜੇ ਇਹਨਾਂ ਤੋਂ ਪ੍ਰੇਰਣਾ ਲੈ ਕੇ ਮੈਨੂੰ ਚਿਤ ਆ ਜਵੇ ਨਾਮ ਲੈਣਾ ਇੰਨਾ ਜ਼ਰੂਰੀ ਹੈ ਸੋ ਇਹ ਸ਼ਬਦ ਬੜਾ ਸੌਖਾ ਸੀ ਅਸੀਂ ਅਰਥ ਸਿੱਖ ਲੈ ਪੰਕ ਦੇ ਸਿੱਖ ਲੈ ਸਰਵੜੇ ਦੇ ਸਿੱਖ ਲੈ ਪਾਵਕ ਦੇ ਸਿੱਖ ਲੈ ਤੇ ਹੁਣ ਅਸੀਂ ਅੱਗੇ ਚੱਲਦੇ ਹਾਂ ਇਸੇ ਸ਼ਬਦ ਨਾਲ ਜੁੜਿਆ ਇੱਕ ਹੋਰ ਸ਼ਬਦ ਮੇਰੇ ਮਨ ਵਿੱਚ ਆਇਆ ਕਿਉਂਕਿ ਇਹਦਾ ਰਾਹੋ ਦਾ ਬੰਦ ਵੀ ਉਹੀ ਹੈ ਹਰ ਬਿਸਰਤ ਤੇਰੇ ਉਗਲੇ ਮਾਰੂ ਰਾਗ ਵਿੱਚ ਦੇ ਇਹ ਸ਼ਬਦ ਵੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੀ ਹੈਗਾ ਬੜਾ ਪਿਆਰਾ ਸ਼ਬਦ ਹੈ ਕਰਨੀ ਕਾਗਦ ਮਨ ਮਸਵਾਣੀ ਮਸ ਮੈਨੇ ਸਿਆਹੀ ਮਸ ਮਸਵਾਣੀ ਮੈਨੇ ਜੇ ਸਿਆਹੀ ਰੱਖੀ ਜਾਂਦੀ ਹੈ ਭਾਵ ਦਵਾਤ ਕਰਨੀ ਮੈਨੇ ਕੰਮ ਆਚਰਣ ਰੋਜ਼ ਦੀ ਸਾਡੀ ਕਿਰਿਆ ਕਾਗਦ ਮੈਨੇ ਕਾਗਜ਼ ਜਿਹੜਾ ਜੱਜੇ ਪੈਰ ਬਿੰਦੀ ਜੱਜ਼ਾ ਹੈਗਾ ਉਹ ਪੰਜਾਬੀ ਜਾ ਕੇ ਦੱਦਾ ਬਣ ਜਾਂਦਾ ਕਾਜ਼ੀਆਂ ਦਾ ਕਾਦੀਆਂ ਕਾਜ਼ੀ ਦਾ ਕਾਦੀ ਕਾਗਜ਼ ਦਾ ਕਾਗਦ ਨਜ਼ਰ ਦਾ ਨਦਰ ਹਾਜ਼ਰਾ ਹਜ਼ੂਰ ਦਾ ਹਾਜ਼ਰਾ ਹਜ਼ੂਰ ਸੋ ਇੱਕ ਦੂਜਾ ਨੁਕਤਾ ਸੀਗਾ ਜੱਜੇ ਪੈਰ ਬਿੰਦੀ ਫਾਰਸੀ ਦਾ ਪੰਜਾਬੀ ਜਾ ਕੇ ਦੱਦਾ ਬਣ ਜਾਂਦਾ ਗੁਜ਼ਰਾਨ ਦਾ ਗੁਦਰਾਨ ਗੁਜ਼ਰਾਏ ਦਾ ਗੁਦਰਾ ਇਹ ਸਾਰੇ ਸ਼ਬਦ ਗੁਰਵਾਣੀ ਵਿੱਚ ਆਉਂਦੇ ਨੇ ਸੋ ਕਰਨੀ ਕਾਗਦ ਮਨਮਸਵਾਣੀ ਬੁਰਾ ਭਲਾ ਦੋਇ ਲੇਖ ਪਏ ਜਿਉਂ-ਜਿਉਂ ਕਿਰਤ ਚਲਾਈ ਤਿਉਂ ਚੱਲੀਏ ਤਉ ਗੁਣ ਨਾਹੀ ਅੰਤ ਹਰੇ ਹੇ ਵਾਹਿਗੁਰੂ ਜੀ ਤੇਰੇ ਗੁਣਾ ਦਾ ਅੰਤ ਨਹੀਂ ਤੇਰੀ ਬੜੀ ਅਤਬੁੱਧ ਖੇਡ ਹੈ ਹਾਂਜੀ ਮਸਵਾਣੀ ਮੈਨੇ ਦਵਾਤ ਇੰਕਪਾਟ ਪਈ ਜੀਵਾਂ ਦੀ ਜਿਹੜਾ ਜੀਵਾਂ ਦੀ ਜਿਹੜੀ ਕਰਨੀ ਹੈ ਜਿਹੜਾ ਆਚਰਣ ਹੈ ਉਹ ਤੇ ਕਾਗਜ਼ ਹੈ ਤੇ ਮਨ ਵਿੱਚ ਜਿਹੜੇ ਸੰਸਕਾਰਾਂ ਦੀ ਸਿਆਹੀ ਪਈ ਹੋਈ ਹੈ ਉਹਦੇ ਰਾਹੀਂ ਚੰਗੇ ਤੇ ਮਾੜੇ ਲੇਖ ਇਸ ਆਚਰ ਰੂਪੀ ਕਾਗਜ਼ ਤੇ ਲਿਖੇ ਜਾ ਰਹੇ ਨੇ ਪਰ ਜਿਉ ਜਿਉ ਕਿਰਤ ਚਲਾਈ ਕਿਰਤ ਦੇ ਤਤੈ ਨੂੰ ਔਂਕੜੇ ਦਾ ਮਤਲਬ ਹੈ ਸਾਡਾ ਸੁਭਾ ਪਿਛਲੇ ਸਮੇਂ ਵਿੱਚ ਕੀਤੇ ਗਏ ਕੰਮਾਂ ਦੇ ਸੰਸਕਾਰਾਂ ਦਾ ਇਕੱਠ ਬਣ ਗਿਆ ਜੋ ਸਾਡਾ ਸੰਸਕਾਰ ਬਣ ਗਿਆ ਸਾਡਾ ਸੁਭਾਅ ਬਣ ਗਿਆ ਉਹਦਾ ਪ੍ਰੇਰਿਆ ਹੋਇਆ ਮਨੁੱਖੀ ਪਾਸੇ ਤੁਰ ਹੀ ਜਾਂਦਾ ਤੇ ਇਹ ਦੌਰ ਟੁੱਟਦਾ ਨਹੀਂ ਹੈਗਾ ਇਹ ਦੌਰ ਸਿਰਫ ਗੁਰੂ ਦੀ ਸ਼ਰਨ ਆ ਕੇ ਹੀ ਟੁੱਟ ਸਕਦਾ ਹੈ ਜਦੋਂ ਮਨੁੱਖ ਮਨ ਤਨ ਤਨ ਕਰਕੇ ਆਪਣੇ ਆਪ ਨੂੰ ਗੁਰੂ ਦੇ ਸਮਰਪਿਤ ਹੁੰਦਾ ਸੋ ਕਹਿੰਦੇ ਜਿਉਂ-ਜਿਉਂ ਕਿਰਤ ਚਲਾਈ ਤਿਉਂ ਚਲੀ ਹੈ ਤਉ ਗੁਣ ਨਾਹੀ ਅੰਤ ਰੇ ਹੈ ਵਾਹਿਗੁਰੂ ਤੇਰੇ ਗੁਣਾ ਦਾ ਅੰਤ ਨਹੀਂ ਪੈ ਸਕਦਾ ਤੇਰੀ ਇਹ ਖੇਡ ਬੜੀ ਕਮਾਲ ਦੀ ਹੈ ਚਿਤ ਚੇਤਸ ਕੀਨਾ ਬਾਵਰਿਆ हे ਮੇਰੇ ਬਾਵਰੇ ਚਿਤ ਤੂੰ ਚੇਤੇ ਕਿਉਂ ਨਹੀਂ ਕਰਦਾ ਜਿਹਦੇ ਨਾਲ ਤੇਰਾ ਐ ਇਹ ਚੱਕਰ ਕੋ ਚੱਕਰ ਜਿਹੜਾ ਟੁੱਟ ਸਕਦਾ ਹੈ ਹਰ ਬਿਸਰਤ ਤੇਰੇ ਗੁਣ ਗਲਿਆ ਹਰੀ ਨੂੰ ਵਿਸਾਰ ਕੇ ਤੇਰੇ ਗੁਣ ਘਟੀ ਜਾ ਰਹੇ ਨੇ ਜਾਲੀ ਰਹਿਣ ਜਾਲ ਦਿਨ ਹੁਆ ਰਹਿਣ ਮੈਨੇ ਰਾਤ ਹਰੀ ਨੂੰ ਵਿਸਾਰ ਕੇ ਦਿਨ ਤੇ ਰਾਤ ਦੋਨੋਂ ਜਾਲ ਦਾ ਕੰਮ ਕਰਦੇ ਪਏ ਨੇ ਤੇ ਤੈਨੂੰ ਮਾਇਆ ਦੇ ਮੋਹ ਵਿੱਚ ਫਸਾਰੇ ਨੇ ਜੇਤੀ ਕੜੀ ਫਾਹੀ ਤੇਤੀ ਫਾਹੀ ਮੈਨੇ ਫੰਦੇ ਤੇ ਦੁਨੀਆਂ ਜੀਵਨ ਦੀਆਂ ਘੜੀਆਂ ਨੇ ਉਹ ਸਾਰੀਆਂ ਤੇਰੇ ਲਈ ਫਾਹੀ ਬਣਦੀਆਂ ਪਈਆਂ ਨੇ ਰਸ ਰਸ ਚੋਗ ਚੁਗੇ ਰਸ ਰਸ ਸਸੇ ਨੂੰ ਸਿਹਾਰੀ ਹੈ ਸਵਾਦ ਲੈ ਲੈ ਕੇ ਤੂੰ ਵਿਕਾਰਾਂ ਦੇ ਚੋਗੇ ਮਾਇਆ ਵੱਲੋਂ ਸਿੱਟੇ ਗਏ ਚੁਗਦਾ ਪਿਆ ਛੂਟਸ ਮੂੜੇ ਕਵਣ ਗੁਣੀ ਤੂੰ ਦੱਸ ਇਹ ਰੋਜ਼ ਤੂੰ ਫਸੀ ਜਾ ਰਹਿਆ ਹੈ ਰੋਜ਼ ਇਹ ਚੋਗੇ ਚੁਗੀ ਜਾ ਰਹਿਆ ਹੈ ਸਵਾਦ ਲੈ ਲੈ ਕੇ ਕਿਹੜੇ ਗੁਨਾ ਨੂੰ ਵਰਤ ਕੇ ਤੂੰ ਇਸ ਜੰਜਾਲ ਚੋਂ ਨਿਕਲੇਗਾ ਕਾਇਆ ਆਰਣ ਆਰਣ ਲਿਖ ਲਓ ਆਰਣ ਨੇ ਪੱਠੀ ਕਾਇਆ ਮੰਨ ਲਓ ਪੱਠੀ ਹੈ ਮਨ ਵਿੱਚ ਲੋਹਾ ਤੇ ਇਹਦੇ ਵਿੱਚ ਮਨ ਮੰਨ ਲਓ ਲੋਹਾ ਹੈ ਜਿਵੇਂ ਲੋਹਾਰ ਪੱਠੀ ਦੇ ਵਿੱਚ ਲੋਹੇ ਨੂੰ ਤਪਾਂਦਾ ਹੈ ਲੋਹੇ ਨੂੰ ਗਰਮ ਕਰਕੇ ਫੇ ਸੱਟਾਂ ਮਾਰ ਕੇ ਉਸ ਤੋਂ ਸੰਧ ਬਣਾਉਂਦਾ ਹੈ ਕਾਇਆ ਆਰਣ ਮਨ ਵਿੱਚ ਲੋਹਾ ਮਨ ਜੜਾ ਇਸ ਕਾਇਆ ਰੂਪੀ ਆਰਣ ਦੇ ਵਿੱਚ ਲੋਹਾ ਹੈ ਪੰਜ ਅਗੰਤਿਤ ਲਾਗ ਰਹੀ ਤੇ ਅੱਗ ਕਿਹੜੀ ਹੈ ਪੰਜ ਅੱਗਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਅੱਗਾ ਚਲਦੀਆਂ ਬਈ ਕੋਇਲੇ ਪਾਪ ਪੜੇ ਤੇ ਸੂਪਰ ਤੇ ਕੋਲੇ ਕਿਹੜੇ ਹੈਗੇ ਨੇ ਪਾਪਾਂ ਦੇ ਨਿਤ ਕੀਤੇ ਜਾਂਦੇ ਪਾਪ ਜਿਹੜੇ ਨੇ ਉਹ ਕੋਲੇ ਦਾ ਕੰਮ ਕਰਦੇ ਨੇ ਉਹ ਇਹਨਾਂ ਅੱਗਾਂ ਨੂੰ ਹੋਰ ਪਖਾਉਂਦੇ ਨੇ ਮਨ ਜਲਿਆ ਸੰਨੀ ਚਿੰਤ ਬਹੀ ਮਨ ਜਲ ਕੇ ਸਵਾ ਹੋ ਰਿਹਾ ਤੇ ਸਨਿਚਿੰਤ ਜਿਹੜੀ ਚਿੰਤਾ ਹੈਗੀ ਹੈ ਚਿੰਤਾ ਡਰ ਫਿਕਰ ਉਹ ਸੰਦੀ ਜੰਨਾ ਫੜ ਕੇ ਉਹ ਲੋਹੇ ਨੂੰ ਉੱਤੇ ਥੱਲੇ ਕਰਦਾ ਭਾਵ ਚੁਫੇਰੇੋਂ ਇਹ ਮਨ ਜੜਾ ਹੈ ਸੜਦਾ ਪਿਆ ਸੋ ਮਨ ਦੀ ਇਹੋ ਜੀ ਅਵਸਥਾ ਦੇ ਵਿੱਚ ਚੈਨ ਕਿਵੇਂ ਆਵੇ ਸੁੱਖ ਕਿਵੇਂ ਮਿਲੇ ਸ਼ਾਂਤੀ ਕਿਵੇਂ ਮਿਲੇ ਕਹਿੰਦੇ ਬਿਹਾ ਮਨੂਰ ਮਨੂਰ ਲਿਖ ਲਓ ਸੜਿਆ ਹੋਇਆ ਲੋਹਾ ਜੰਗਾਲ ਖਾਦਾ ਲੋਹਾ ਜਿਹੜਾ ਪੁਰਾਣਾ ਲੋਹਾ ਹੈ ਨਾ ਉਨੂੰ ਢਾਲ ਕੇ ਮੁੜ ਕੇ ਲੋਹਾ ਰੀਸਾਈਕਲ ਕੀਤਾ ਜਾ ਸਕਦਾ ਹੈ ਪਰ ਜਿਹੜਾ ਜੰਗ ਲੱਗ ਜਾਂਦਾ ਹੈ ਉਹ ਮਿੱਟੀ ਹੋ ਜਾਂਦਾ ਹੈ ਬੇਕਾਰ ਉਹਦਾ ਇੱਕ ਢੇਲਾ ਨਹੀਂ ਮਿਲਦਾ ਭਾਵ ਮਨ ਮਨੂਰ ਬਣ ਗਿਆ ਬਿਲਕੁਲ ਰੱਦੀ ਹੋ ਗਿਆ ਜਨਮ ਤੇ ਮਨੁੱਖਾ ਲਿਆ ਪਰ ਜਾਨਵਰਾਂ ਤੋਂ ਵੀ ਬੱਤਰ ਹਾਲਤ ਹੋ ਗਈ ਬਿਹਾ ਮਨੂਰ ਕੰਚਨ ਫਿਰ ਹੋਵੇ ਪਰ ਮਨੂਰ ਹੋਇਆ ਮਨ ਕੰਚਨ ਸੋਨਾ ਬਣ ਸਕਦਾ ਹੈ ਜੇ ਗੁਰੂ ਮਿਲੇ ਤਿਨੇਹਾ ਜੇ ਇਹੋ ਜਿਹਾ ਗੁਰੂ ਮਿਲ ਜਾਏ ਜੋ ਮਨੂਰ ਨੂੰ ਸੋਨਾ ਬਣਾ ਸਕਦਾ ਹੈ ਤੇ ਫਿਰ ਉਹ ਕਿੱਦਾਂ ਬਣਾਉਂਦਾ ਗੁਰੂ ਇੱਕ ਨਾਮ ਅੰਮ੍ਰਿਤ ਉਹ ਦੇਵੇ ਆਤਮਿਕ ਜੀਵਨ ਦੇਣ ਵਾਲਾ ਉਹ ਗੁਰੂ ਨਾਮ ਬਖਸ਼ਦਾ ਹੈ ਤੋ ਨਾਨਕ ਤ੍ਰਿਸ਼ਟਸ ਦੇਹਾ ਤ੍ਰਿਸ਼ਟਸ ਮਨ ਟਿਕ ਜਾਣਾ ਟਕਾ ਆ ਜਾਣਾ ਦੇਹਾ ਮਨੇ ਤੇ ਫਿਰ ਇਸ ਤਨ ਦੀ ਜਿਹੜੀ ਮਨ ਦੀ ਭਟਕਣਾ ਜਿਹੜੀ ਏ ਉਹ ਮੁੱਕ ਜਾਂਦੀ ਏ ਉਹਨੂੰ ਚੈਨ ਆ ਜਾਂਦਾ ਹੈ ਸੋ ਇਹ ਸ਼ਬਦ ਕਿਉਂਕਿ ਉਸ ਸ਼ਬਦ ਨਾਲ ਜੁੜਿਆ ਸੀ ਰਾਹਵ ਦਾ ਬੰਦ ਸੀਗਾ ਤੇ ਮੈਂ ਸੋਚਿਆ ਇਹ ਸ਼ਬਦ ਵੀ ਤੁਹਾਡੇ ਨਾਲ ਸਾਂਝਾ ਕਰੀਏ ਤੇ ਗੱਲ ਸਾਰੀ ਉਹਦੇ ਨਾਲ ਹੀ ਜੁੜੀ ਹੋਈ ਹੈ ਗੁਣਾ ਤ੍ਰਿਸ਼ਟਸ ਮੈਨੇ ਟਿਕ ਜਾਣਾ ਆਓ ਹੁਣ ਸੀ ਗੁਣਾ-ਗੁਣਾ ਦੀ ਤੇ ਹੋਰ ਉਹ ਸ਼ਬਦ ਆਏ ਸੀਗੇ ਉਹਦੇ ਵਿੱਚ ਉਹਦੀ ਵਿਆਖਿਆ ਕਰਦੇ ਆਂ ਵੀ ਭਾਈ ਅਸੀਂ ਵਾਇਗਰੂ ਨੂੰ ਗੁਣਾ ਦਾ ਨਿਧਾਨ ਕਿਹਾ ਗੁਣਾ ਦਾ ਖਜ਼ਾਨਾ ਤੇ ਗੁਰੂ ਸਾਹਿਬ ਨੇ ਵੀ ਕਿਹਾ ਵਿਣ ਗੁਣ ਕੀਤੇ ਭਗਤ ਨਾ ਹੋਏ ਜਿਹੜਾ ਭਗਤੀ ਦਾ ਰਾਹ ਸਾਡਾ ਹੈ ਨਾ ਉਹ ਕੋਈ ਐ ਨਹੀਂ ਕਿ ਚੰਦਨ ਲੈ ਲਿਆ ਤੇ ਕੇਸਰ ਲੈ ਲਿਆ ਤੇ ਫੁੱਲ ਲੈ ਲਏ ਤੇ ਫੋਟੋ ਲੈ ਲਈ ਤੇ ਕੋਈ ਵਿਧੀ ਕੋਈ ਹਾਰਤੀ ਕਰ ਦਿੱਤੀ ਤੇ ਕੋਈ ਤੀਰਥਾਂ ਤੇ ਚਲੇ ਗਏ ਤੇ ਖਾਸ ਮਿੱਥੇ ਉਹ ਜਿਨ੍ਹਾਂ ਤੇ ਕੋਈ ਵਰਤ ਰੱਖ ਲਿਆ ਜਾਂ ਕੋਈ ਹਵਨ ਕਰ ਲਿਆ ਨਾ 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 ਗੁਰਸਾਹਿਬ ਕਹਿੰਦੇ ਵਿਣਗੁਣ ਕੀਤੇ ਭਗਤ ਨਾ ਹੋਏ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਗੁਣਾ ਨੂੰ ਧਾਰਨ ਕੀਤੇ ਬਿਨਾ ਭਗਤੀ ਪੂਰਨ ਨਹੀਂ ਹੋ ਸਕਦੀ ਨਹੀਂ ਤੇ ਉਹ ਪਖੰਡ ਬਣ ਜਾਂਦਾ ਨਾਨਕ ਔਗਣ ਜੇਤੜੇ ਤੇ ਤੇ ਗਲੀ ਜੰਜੀਰ ਹੈ ਨਾਨਕ ਜਿੰਨੇ ਵੀ ਗੁਣ ਨੇ ਇਹ ਜਿੰਨੇ ਵੀ ਔਗਣ ਨੇ ਇਹ ਮੰਨ ਲਓ ਗਲੇ ਪਈਆਂ ਜੰਜੀਰਾਂ ਨੇ ਇਹ ਸਾਧ ਸੰਗਤ ਜੀ ਮੈਂ ਖਿਵਾ ਮੰਗਦਾ ਇਹ ਟਾਈਪਿੰਗ ਵਲੇ ਮੈਨੂੰ ਪਤਾ ਨਹੀਂ ਕਿਉਂ ਇਹ ਗਲਤੀ ਹੋ ਗਈ ਹੈ ਗੁਰੂ ਗ੍ਰੰਥ ਸਾਹਿਬ ਹੈ ਸ਼ਸ਼ਾ ਨਹੀਂ ਹੈਗਾ ਮੈਨੂੰ ਮੇਰੀ ਭੈਣਾ ਨੇ ਇਹ ਮੇਰੇ ਧਿਆਨ ਚ ਲਿਆਂਦਾ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਤੇ ਮੈਂ ਇਹਨੂੰ ਘਰ ਜਾ ਕੇ ਠੀਕ ਕਰ ਲਾਂਗਾ ਇਹ ਮੇਰੇ ਵੱਲੋਂ ਗਲਤੀ ਹੋਈ ਹੈ ਪਤਾ ਨਹੀਂ ਕਿਸ ਤਰ੍ਹਾਂ ਇਹ ਸ਼ਸ਼ਾ ਨੂੰ ਸ਼ਸ਼ਾ ਆ ਗਿਆ ਸੋ ਸਸਾ ਹੈਗਾ ਸ਼ਸ਼ਨੀ ਹੈਗਾ ਗੁਰੂ ਗ੍ਰੰਥ ਸਾਹਿਬ ਇਹ ਟਾਈਪਿੰਗ ਵੇਲੇ ਮੇਰੇ ਤੋਂ ਗਲਤੀ ਹੋ ਗਈ ਹੈ ਕਿਤੇ ਨਾਨਕ ਔਗਣ ਜੇਤੜੇ ਤੇਤੇ ਗਲੀ ਜ਼ੰਜੀਰ ਇਹ ਜਿੰਨੇ ਔਗਣ ਨੇ ਸਾਡੇ ਗਲੇ ਪਈਆਂ ਜ਼ੰਜੀਰਾਂ ਦਾ ਕੰਮ ਕਰਦੀਆਂ ਨੇ ਤੇ ਜ਼ੰਜੀਰਾਂ ਫਿਰ ਤੁਹਾਨੂੰ ਧੂਕੇ ਉਹਨਾਂ ਔਗਣਾਵਾਂ ਵੱਲ ਹੋਰ ਪ੍ਰੇਰਦੀਆਂ ਨੇ ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ ਤੇ ਇਹ ਔਗਣਾ ਦੀਆਂ ਜ਼ੰਜੀਰਾਂ ਕਿਦਾਂ ਕੱਟੀਆਂ ਜਾ ਸਕਦੀਆਂ ਨੇ ਗੁਣਾ ਦੇ ਨਾਲ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਮੁਕਾਬਲਾ ਕਿਹਦੇ ਨਾਲ ਹੋਏਗਾ ਸਤ ਸੰਤੋਖ ਦਇਆ ਧਰਮ ਧੀਰਜ ਨਾਲ ਹੋਏਗਾ ਤੇ ਅੱਗੇ ਗਏ ਨ ਮੰਨਿਆ ਨ ਤੇ ਅੱਗੇ ਜਾ ਕੇ ਇਹ ਜਿਹੜੇ ਔਗਣ ਨੇ ਮੰਨਣਵੇਂ ਇਹਨਾਂ ਨੂੰ ਕੋਈ ਆਦਰ ਨਹੀਂ ਮਿਲਣਾ ਇਹਨਾਂ ਕਰਕੇ ਮਾਰ ਕੱਢੋ ਵੇ ਪੀਰ ਇਹ ਬੇਮੁਰਸ਼ਿਦਾਂ ਨੂੰ ਬੇਪੀਰਾਂ ਨੂੰ ਔਗਣਾਂ ਨੂੰ ਮਾਰ ਕੇ ਆਪਣੇ ਵਿੱਚੋਂ ਕੱਢ ਦੇਵੋ ਇਹੀ ਜੀਵਨ ਦਾ ਮਕਸਦ ਸਾਡਾ ਹੋਣਾ ਚਾਹੀਦਾ ਤੇ ਅੱਗੇ ਫਿਰ ਗੁਣ ਮਿਲਣਗੇ ਕਿੱਥੋਂ ਕਹਿੰਦੇ ਗੁਣਾ ਕਾ ਨਿਧਾਨ ਏਕ ਹੈ ਉਹ ਗੁਣਾ ਦਾ ਖਜ਼ਾਨਾ ਵੀ ਇੱਕ ਹੀ ਹੈ ਵਾਹਿਗੁਰੂ ਇਹ ਕਿਤੇ ਉਹ ਆਨਲਾਈਨ ਨਹੀਂ ਮਿਲਦੇ ਗੁਣ ਤੇ ਮੈਨੂੰ ਇੰਨੇ ਇੰਨੇ ਲੀਟਰ ਜਾਂ ਇੰਨੇ ਕਿਲੋ ਜਾਂ ਇੰਨਾ ਪੈਕਟ ਨਿਮਰਤਾ ਦਾ ਦੇ ਦੋ ਸੰਤੋਖਤਾ ਦੇ ਦੋ ਕੋਈ ਹੈ ਉਹ ਜੀ ਹੱਟੀ ਕੋਈ ਹੈ ਉਹ ਜੀ ਦੁਕਾਨ ਕਿਤੇ ਨਹੀਂ ਮਿਲਦੀ ਉਹ ਹੱਟੀ ਗੁਰੂ ਦੀ ਹੈ ਉਹ ਗੁਰੂ ਦੇ ਹੱਟ ਤੇ ਹੀ ਮਿਲਣਿਆ ਗੁਣ ਮੰਨਿਆ ਨੇ ਆਦਰ ਨਹੀਂ ਮਿਲਦਾ ਗੁਣਾ ਕਾ ਨੇ ਧਾਨ ਹੈ ਆਪੇ ਦੇ ਤਾਂ ਕੋ ਪਾਏ ਤਰੇ ਤੇ ਇਹ ਤੇ ਦਾਵਾ ਵੀ ਕੋਈ ਨਹੀਂ ਹੈਗਾ ਕਿ ਵਾਹਿਗੁਰੂ ਜੀ ਮੈਂ ਇੰਨੀ ਬਾਣੀ ਪੜੀ ਐ ਮੈਂ ਗੁਰਦੁਆਰੇ ਦੀ ਇਮਾਰਤ ਲਈ ਇੰਨਾ ਇੰਨੇ ਦੀ ਪਰਚੀ ਕਟਾਈ ਐ ਮੈਨੂੰ ਵੀ ਦੇ ਦਿਓ ਉਹਨਾਂ ਐ ਤੇ ਭਾਈ ਲੱਲੋ ਨੂੰ ਵੀ ਮਿਲ ਸਕਦਾ ਐ ਭਾਈ ਲੱਲੋ ਵਿਚਾਰਾ ਕਿੱਥੋਂ ਦੇਗਾ ਭਾਈ ਲੱਲੋ ਤੇ ਪਰਚੀ ਕਟਾਈ ਨਹੀਂ ਸਕਦਾ ਐ ਤੇ ਕੋਈ ਤਨਾਰ ਸੇਖ ਹੀ ਕਰ ਸਕਦਾ ਸੋ ਇਹਦੇ ਵਿੱਚ ਇਸ ਗੱਲ ਦਾ ਵੀ ਭੁਲੇਖਾ ਨਹੀਂ ਪਣਾ ਚਾਹੀਦਾ ਖਿਮਾ ਕਰਨਾ ਪਰ ਇਹਦਾ ਮਤਲਬ ਮੈਂ ਨਹੀਂ ਕਹ ਰਿਹਾ ਵੀ ਮੈਂ ਉਹ ਤੋਂ ਡਿਸਕਰੇਜ ਨਹੀਂ ਕਰ ਰਿਹਾ ਮੈਂ ਉਹਦੇ ਪ੍ਰਤੀ ਜਿਹੜੀ ਧਾਰਨਾ ਜੁੜ ਜਾਂਦੀ ਐ ਕਈ ਵਾਰੀ ਸਿਪੂ ਲੈਖੇ ਵਿੱਚ ਉਹਨਾਂ ਨੂੰ ਹੀ ਵੱਡੇ ਗੁਰਸਿੱਖ ਕਹਿ ਦਿੰਦੇ ਆ ਜਿਹੜੇ ਜ਼ਿਆਦਾ ਮਾਲ ਦਿੰਦੇ ਨੇ ਇਸ ਤਰ੍ਹਾਂ ਨਹੀਂ ਹੈਗਾ ਗੱਲ ਤੇ ਦਸਵੰਧ ਦੀ ਹੈਗੀ ਹੈ ਪਰਸੈਂਟੇਜ ਦੀ ਹੈਗੀ ਹੈ ਜਿਹਦਾ ਅਮਾਉਂਟ ਵੱਡਾ ਹੋਏਗਾ ਉਹਦੀ ਪਰਸੈਂਟੇਜ ਹੀ ਵੱਡੀ ਹੋ ਜਾਏਗੀ ਆਪੇ ਹੀ ਪਰ ਪਰਸੈਂਟ ਹੁਣ 100 ਰੁਪਏ ਦਾ 10% 10 ਰੁਪਏ ਬਣਦਾ ਤੇ 1 ਲੱਖ ਦਾ 10% ਤੇ ਵੀ 1000 ਰੁਪਏ ਬਣ ਜਾਏਗਾ 10000 ਬਣ ਜਾਏਗਾ ਪਰ ਹੈ ਤੇ ਪਰਸੈਂਟੇਜ ਹੀ ਨਾ ਤੇ ਭਾਈ ਗੁਰਦਾਸ ਜੀ ਕਹਿੰਦੇ ਭਾਵਨੀ ਦੇ ਨਾਲ ਤੇ ਕਾਡੀ ਵੀ ਰੱਖ ਦਿੱਤੀ ਜਾਵੇ ਉਹ ਵੀ ਪਰਵਾਨ ਹੈਗੀ ਆ। ਸੋ ਇਹ ਗੱਲਾਂ ਨੂੰ ਥੋੜਾ ਅਸੀਂ ਧਿਆਨ ਰੱਖਣਾ ਹੈ। ਗੁਨਾ ਕਾ ਨਿਧਾਨ ਹੈ ਇੱਕ ਹੈ ਆਪੇ ਦੇ ਤਾਂ ਕੋ ਪਾਏ। ਵਾਹਿਗੁਰੂ ਆਪ ਤਰੁੱਠ ਕੇ ਦਵੇ ਤਾਂ ਹੀ ਇਹ ਗੁਣ ਪ੍ਰਾਪਤ ਹੁੰਦੇ ਨੇ। ਬਿਨ ਨਾਵੇਂ ਸਭ ਵਿਛੜੀ ਤੇ ਨਾਮ ਤੋਂ ਬਿਨਾ ਸਾਰੀ ਲੁਕਾਈ ਪ੍ਰਮਾਤਮਾ ਤੋਂ ਵਿਛੜੀ ਰਹਿੰਦੀ ਹੈ। ਗੁਰ ਕੈ ਸ਼ਬਦ ਮਿਲਾਏ ਤੇ ਪ੍ਰਮਾਤਮਾ ਜੀ ਆਪਣੇ ਨਾਲ ਮਿਲਾਉਂਦਾ ਵੀ ਹੈ ਤੇ ਕਿਦਾਂ ਮਿਲਾਉਂਦਾ ਹੈ? ਗੁਰੂ ਦੇ ਸ਼ਬਦ ਦੇ ਰਾਹੀਂ ਗੁਰੂ ਦੇ ਸ਼ਬਦ ਨਾਲ ਜੋੜ ਕੇ। ਹੁਣ ਦੇਖਿਏ ਪੰਕਜ ਸ਼ਬਦ ਹੈ ਹੋਰ ਕਿਤੇ ਵੀ ਆਇਆ ਚਿਕੜ गोविंद गोविंद ਕਰਾਂ ਹਰ ਹਰ ਮਨ ਪਿਆਰ ਹਾਂ ਗੁਰ ਕਿਹਾ ਸੋ ਚਿਤ ਧਰਾਂ ਅਨਸਿਉ ਤੋਰ ਫੇਰਾਂ ਐਸੇ ਲਾਲਨ ਪਾਇਓ ਰੀ ਸਖੀ ਰਹਾਓ ਹੇ ਮੇਰੀ ਸਖੀ ਗੁਰਸਬ ਪ੍ਰੇਰਣਾ ਕਰ ਰਹੀ ਨੇ ਸਤਸੰਗੀ ਸਖੀ ਨੂੰ ਕਿ गोविंद गोविंद ਕਰਿਆ ਕਰ ਹਰ ਹਰ ਮਨ ਪਿਆਰ ਹਾਂ ਉਸ ਵਾਹਿਗੁਰੂ ਦੇ ਨਾਲ ਪ੍ਰੀਤ ਪਾ ਉਹਨਾਂ ਪਿਆਰ ਕਵਾ ਗੁਰ ਕੇ ਆਸੋ ਚਿਤ ਧਰਾਂ ਗੁਰੂ ਜੋ ਉਪਦੇਸ਼ ਕਰਦਾ ਉਹਨੂੰ ਚਿਤ ਵਿੱਚ ਵਸਾ ਆਪਣੇ ਚਿਤ ਵਿੱਚ ਥਾਂ ਦੇ ਉਹਦੇ ਤੇ ਸਿਧਕ ਲੈ ਕੇ ਆ ਅਨ ਸਿਉ ਤੋਰ ਫੇਰ ਅਨ ਮਨੇ ਹੋਰ ਰੱਬ ਤੋਂ ਛੱਡ ਕੇ ਹੋਰ ਕਿਸੇ ਨਾਲ ਜਿਹੜੀ ਪ੍ਰੀਤੀ ਹੈਗੀ ਏ ਉਹਨੂੰ ਤੋੜ ਦੇ ਉਧਰੋਂ ਮੂੰਹ ਫੇਰ ਲੈ ਐਸੇ ਲਾਲਨ ਪਾਇਓ ਰੀ ਸਖੀ ਉਹ ਲਾਲਨ ਮਨੇ ਪਿਆਰਾ ਲਾਲ ਜੇ ਕਿਸੇ ਨੇ ਵੀ ਉਸ ਵਾਹਿਗੁਰੂ ਨੂੰ ਪ੍ਰਾਪਤ ਕੀਤਾ ਹੈ ਤੇ ਇਸੀ ਜੁਗਤੀ ਨਾਲ ਪ੍ਰਾਪਤ ਕੀਤਾ ਹੈ ਹੋਰ ਕੋਈ ਢੰਗ ਨਹੀਂ ਆਏਗਾ ਕੋਈ ਤੀਰਤ ਦੇ ਨਾਲ ਕੋਈ ਦਾਨ ਦੇ ਨਾਲ ਕੋਈ ਤਪ ਦੇ ਨਾਲ ਨਹੀਂ ਪੰਕਜ 모ਹ ਸਰ ਹਾਂ ਇਸ ਸਰੋਵਰ ਵਿੱਚ ਜਗਤ ਸਰੋਵਰ ਵਿੱਚ ਮਾਇਆ ਦਾ 모ਹ ਪੰਕਜ ਹੈ ਚਿੱਕੜ ਹੈ ਪੱਗ ਨਹੀਂ ਚਲੇ ਹਰ ਹਾਂ ਪੱਗ ਪੈਰ ਫਸਿਆ ਹੋਇਆ ਜੋ ਹਰੀ ਵਾਲੇ ਪਾਸੇ ਜਾਣ ਨਹੀਂ ਦਿੰਦਾ ਗਹਿੜਿਓ ਮੂੜ ਨਾ ਰਹਾ ਗੱਡੇ ਬਨੇ ਗੱਡਿਆ ਹੋਇਆ ਤਸਿਆ ਹੋਇਆ ਮੂਰਖ ਮੁਨਖ ਨੇ ਆਪਣਾ ਪੈਰ ਇਸ ਮੋਹ ਰੂਪੀ ਚਿੱਕੜ ਵਿੱਚ ਗੱਡਿਆ ਹੋਇਆ ਅਨਿਨ ਉਪਾਅ ਕਰਾਂ ਅਨਿਨ ਲਿਖ ਲੋ ਅਨਿਨ ਮੈਨੇ ਇਹਦਾ ਮੈਂ ਸੰਧੀ ਛੇਦ ਕਰ ਦੇਣਾ ਅਨਿਨ ਮੈਨੇ ਅਨ ਅਨੰਨੇ ਅਨੰਨੇ ਮੰਨ ਲਵੈ ਅਨੰਨੇ ਤੋਂ ਬਣਿਆ ਅਨਿਨ ਅਨਿਨੇ ਮੈਨੇ ਉਹਦਾ ਹੋਰ ਤੇ ਹੋਰ ਤੋਂ ਮੁਰੇ ਅਨ ਲੱਗ ਜਾਏ ਅਨ ਅਨਨੇ ਭਾਵ ਹੋਰ ਨਹੀਂ ਭਾਵ ਇੱਕੋ ਇੱਕ ਸੋ ਅਨਿਨ ਦਾ ਤੁਸੀਂ ਲਿਖ ਲਓ ਮੈਂ ਵਿਆਖਿਆ ਬਾਅਦ ਚੋਂ ਕਰਦਾ ਅਨਿੰਦ ਦਾ ਮਤਲਬ ਹੈ ਇੱਕੋ ਅਨਿੰਨ ਉਪਾਅ ਕਰਾਂ ਏ ਮੇਰੀ ਸਖੀ ਇੱਕੋ ਉਪਾਅ ਕਰ ਸਿਰਵ ਇੱਕੋ ਉਪਾਅ ਕਰ ਇਸ ਚਿੱਕੜ ਚੋਂ ਬਾਹਰ ਆਣ ਦਾ ਕਿਹੜਾ ਸ਼ਰਨ ਪੈ ਰੀ ਸਖੀ ਤੂੰ ਨਿਕਸੈ ਗੁਰੂ ਦੀ ਸ਼ਰਨ ਪੈ ਜਾ ਤੇ ਫਿਰ ਤੂੰ ਇਸ ਚਿੱਕੜ ਚੋਂ ਬਾਹਰ ਆ ਸਕਦੀ ਸਰਮੈਨੇ ਸਰੋਵਰ ਐ ਕੋ ਸਰ ਸਰਮੈਨੇ ਸਰੋਵਰ ਪੰਕਜ ਮੈਨੇ ਚਿੱਕੜ ਮੋਹ ਮੈਨੇ ਮੋਹ ਭਾਵ ਮਾਇਆ ਦਾ ਮੋਹ ਜਗਤ ਦਾ ਮੋਹ ਇਸ ਸਰੋਵਰ ਵਿੱਚ ਜਗਤ ਸਰੋਵਰ ਵਿੱਚ ਚਿੱਕੜ ਹੈ ਸਵਾਨ ਲੋਭ ਸਵਾਨ ਮੈਨੇ ਪਤਾ ਕੀ ਹੁੰਦਾ ਜੀ ਸਵਾਨ ਮੈਨੇ ਕੁੱਤਾ ਲੋਭ ਕੁੱਤੇ ਨੂੰ ਲੋਭ ਦੇ ਨਾਲ ਉਪਮਾ ਦਿੱਤੀ ਗਈ ਹੈ ਸਵਾਨ ਲੋਭ ਨਗਰ ਮੈ ਸਬਲਾ ਸਬਲਾ ਮੈਨੇ ਤਗੜਾ ਬਲ ਵਾਲਾ ਇਸ ਸ਼ਰੀਰ ਨਗਰ ਦੇ ਵਿੱਚ ਸ਼ਰੀਰੂਪੀ ਨਗਰੀ ਦੇ ਵਿੱਚ ਲੋਭੀ ਕੁੱਤਾ ਬੜਾ ਤਗੜਾ ਹੈ ਪਰ ਗੁਰੂ ਮੇਰਾ ਬੜਾ ਸਮਰਥ ਹੈ ਗੁਰ ਖਿੰਮੇ ਮਾਰ ਕਢਾਵੇਗੋ ਜੇ ਗੁਰੂ ਦਾ ਪੁੱਲਾ ਫੜ ਲਈਏ ਤੇ ਗੁਰੂ ਇਸ ਗੁਰੂ ਇਸ ਲੋਭੀ ਕੁੱਤੇ ਨੂੰ ਇੱਕ ਛਿੰ ਵਿੱਚ ਮਾਰ ਕੇ ਬਾਹਰ ਕੱਢ ਦਿੰਦਾ ਸਤ ਸੰਤੋਖ ਧਰਮ ਆਨ ਰੱਖੇ ਆਨ ਮੈਨੇ ਲਿਆ ਕੇ ਹਰ ਨਗਰੀ ਹਰ ਨਗਰੀ ਮੈਨੇ ਹਰੀ ਦੀ ਨਗਰੀ ਭਾਵ ਸਤ ਸੰਗਤ ਹਰ ਗੁਣ ਗਾਵੇਗੋ ਗੁਰੂ ਨੇ ਹਰੀ ਨਗਰੀ ਵਿੱਚ ਸਤ ਸੰਤੋਖ ਧਰਮ ਵਰਗੇ ਗੁਣ ਲਿਆ ਕੇ ਰੱਖੇ ਹੋਏ ਹਨ ਤੇ ਗੁਰੂ ਦਾ ਸੇਵਕ ਕੀ ਕਰਦਾ ਇਹ ਸਰੀ ਨਗਰੀ ਦੇ ਵਿੱਚ ਆ ਕੇ ਪਰਮਾਤਮਾ ਦੇ ਗੁਣ ਗੰਧਾ ਤੇ ਇਹਨਾਂ ਗੁਣਾਂ ਨੂੰ ਧਾਰਨ ਕਰਦਾ ਹੈ ਪੰਕਜ ਮੋਹ ਨਿਕਰਤ ਹੈ ਪ੍ਰਾਣੀ ਨਿਕਰਤ ਹੈ ਨਿਕਰਤ ਮੈਨੇ ਡਿਗਦੇ ਜਾਣਾ ਕਹੇ ਨਿਗਾਰ ਆ ਗਿਆ ਆਮ ਪੰਜਾਬੀ ਵਿੱਚ ਕਹਿੰਦੇ ਨਾ ਵੀ ਕਹਿੰਦੇ ਸਾਡੇ ਇਸ ਮਨੁੱਖੀ ਕਦਰਾਂ ਕੀਮਤਾਂ ਵਿੱਚ ਨਿਗਾਰ ਆ ਗਿਆ ਹੈ ਨਿਗਾਰ ਮੈਨੇ ਡਾਊਨਫਾਲ ਨਿਗਰਤ ਮੈਨੇ ਥੱਲੇ ਜਾਣਾ ਪੰਕਜ ਮੋਹ ਨਿਗਰਤ ਹੈ ਪ੍ਰਾਨ ਨਿਗਰਤ ਹੈ ਪ੍ਰਾਣੀ ਪ੍ਰਾਣੀ ਇਸ ਮਾਇਆ ਦੇ ਮੋਹ ਦੇ ਚਿੱਕੜ ਵਿੱਚ ਥੱਲੇ ਡਿੱਗਦਾ ਜਾ ਰਿਹਾ ਹੈ ਗੁਰ ਨਿਗਰਤ ਕਾੜ ਕਢਾਵੇ ਕੋ ਤੇ ਇਸ ਚਿੱਕੜ ਵਿੱਚ ਡਿੱਗਦੇ ਨੂੰ ਗੁਰੂ ਹੀ ਕੱਢ ਕੇ ਬਾਹਰ ਲਿਆ ਸਕਦਾ ਹੈ ਤਰਾ ਤਰਾ ਸ਼ਰਨ ਜਨ ਆਏ ਪਰ ਕਿਹਨੂੰ ਕੱਢੇਗਾ ਜੋ ਕਰੇਗਾ ਤਰਾ ਤਰਾ ਗੁਰੂ ਜੀ ਮੈਨੂੰ ਬਚਾ ਲਓ ਗੁਰੂ ਜੀ ਮੈਨੂੰ ਬਚਾ ਲਓ ਗੁਰੂ ਜੀ ਮੈਨੂੰ ਬਚਾ ਲਓ ਜੋ ਨਿਤਾਣਾ ਬਣ ਕੇ ਆਏਗਾ ਨਿਵਾਣਾ ਬਣ ਕੇ ਆਏਗਾ ਜੋ ਇਹ ਕਹੇਗਾ ਤੂੰ ਸਮਰਥ ਵੱਡਾ ਮੇਰੀ ਮਤ ਥੋੜੀ ਰਾਂ ਤਰਾ ਤਰਾ ਸ਼ਰਨ ਜਨ ਆਏ ਗੁਰ ਹਾਥੀ ਦੇ ਨਿਕਲਾਵੇ ਗੋ ਹਾਥੀ ਵੀ ਨੇ ਹੱਥ ਦੇ ਗੁਰੂ ਹੱਥ ਦੇ ਕੇ ਫਿਰ ਬਾਹਰ ਕੱਢ ਲਏਗਾ ਤੁਹ ਕੀ ਤੁਸੀਂ ਕਹਿ ਸਕਦੇ ਹੋ ਗੁਰਬਾਣੀ ਪੜ੍ਹਨੀ ਸਮਝਣੀ ਔਖੀ ਹੈ ਇੰਨਾ ਕੁ ਜ਼ੋਰ ਤੇ ਅਸੀਂ ਲੈ ਹੀ ਸਕਦੇ ਆ ਮੈਨੂੰ ਇਹਨਾਂ ਪਤਾ ਹੈ ਕਿ ਇਹ ਤੋਂ ਕਈ ਗੁਣਾ ਜ਼ਿਆਦਾ ਜ਼ੋਰ ਮੈਂ ਫਿਜ਼ਿਕਸ ਪੜਨ ਲਈ ਲਾਇਆ ਸੀਗਾ ਇਹ ਤੋਂ ਕਈ ਗੁਣਾ ਜ਼ਿਆਦਾ ਜ਼ੋਰ ਮੈਂ ਕੈਮਿਸਟਰੀ ਲਈ ਲਾਇਆ ਸੀਗਾ ਤੇ ਮੈਥ ਲਈ ਲਾਇਆ ਸੀ ਸੋ ਜੇ ਅਸੀਂ ਇਹਨਾਂ ਵੀ ਨਹੀਂ ਕਰਨਾ ਚਾਹੁੰਦੇ ਨਿਕਰਤ ਮੈਨੇ ਡਿਗਦੇ ਹੋਏ ਡਿਗਦੇ ਹੋਏ ਨੂੰ ਨਿਕਸਰੇ ਪੰਖੀ ਸਿਮਰ ਹਰ ਪાંਖ ਨਿਕਸ हे ਮਨ ਰੂਪੀ ਪੰਛੀ ਬਾਹਰ ਬਾਹਰ ਨਿਕਲ ਕਿਧਰੋਂ ਨਿਕਲ ਮਾਇਆ ਦੇ ਮੋਚੋਂ ਬਾਹਰ ਨਿਕਲ ਤੇ ਕਿਦਾਂ ਨਿਕਲ ਪਰਮਾਤਮਾ ਦੇ ਸਿਮਰਨ ਨੂੰ ਖੰਭ ਬਣਾ ਪਰਮਾਤਮਾ ਦਾ ਸਿਮਰਨ ਇਸ ਮਾਇਆ ਦੇ ਮੋਹ ਚੋਂ ਬਾਹਰ ਉਡਾਰੀ ਮਾਰਨ ਲਈ ਖੰਭ ਨੇ ਨਿਕਸਰੇ ਪੰਖੀ ਇਹ ਕਿਹ ਕਮਾਲ ਦੀ ਬਾਣੀ ਹੈ ਬਣੀ ਬਾਣੀ ਚ ਵੰਸ ਬੰਤਾ ਇੰਨੀ ਕਮਾਲ ਦੀ ਕੁਝ ਕਹਿੰਦੀ ਹੱਦ ਨਹੀਂ ਸਹਿਤ ਤੱਕ ਪੱਖੋਂ ਵੀ ਦੇਖੋ ਤੁਸੀਂ ਬੋਲੀਆਂ ਦੇ ਪੱਖੋਂ ਦੇਖੋ ਕਈ ਚੀਜ਼ਾਂ ਦੇ ਪੱਖੋਂ ਲਗੀ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਵਰਨਾ ਕੋਈ ਨਿਕਸਰੇ ਪੰਖੀ ਸਿਮਰਹਰ ਪਾਖ ਮਿਲ ਸਾਧੂ ਗੁਰੂ ਸਾਧੂ ਨਾਮਿਲ ਸ਼ਰਨ ਗੋਹ ਪੂਰਨ ਤੇ ਗੁਰੂ ਦੇ ਰਾਹੀ ਪੂਰਨ ਵਾਹਿਗੁਰੂ ਦੀ ਸ਼ਰਨ ਫੜ ਗੋਹ ਮਨੇ ਗ੍ਰਹਿਣ ਕਰ ਰਾਮ ਰਤਨ ਹੀਰੇ ਸੰਗ ਰਾਖ ਪ੍ਰਮਾਤਮਾ ਦੇ ਨਾਮ ਰੂਪੀ ਰਤਨ ਨੂੰ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖ ਭ੍ਰਮ ਕੀ ਕੋਈ ਕੋਈ ਮਨੇ ਖੂ ਮਾਇਆ ਦੀ ਖਾਤਰ ਭਟਕਣਾ ਦੀ ਜਿਹੜੀ ਖੂ ਹੀ ਹੈ ਉਹਦੇ ਵਿੱਚ ਮਾਇਆ ਦੀ ਤ੍ਰਿਸ਼ਨਾ ਤੇ ਵਿਕਾਰਾਂ ਦੇ ਰਸ ਪੰਕਜ ਚਿਪਕੜ ਨੇ ਹੱਥ ਤੀਖਣ ਮੋਕੀ ਫਾਸ ਇਹ ਮੋਦੀ ਫਾਹੀ ਬੜੀ ਤਿੱਖੀ ਹੈ ਭਾ ਬੜੀ ਤਗੜੀ ਹੈ ਇਹ ਵੱਡੀ ਨਹੀਂ ਜਾ ਸਕਦੀ ਕਿਸੇ ਵੀ ᔪਕਤੀ ਦੇ ਨਾਲ ਉਹ ᔪਕਤੀ ਕਿਹੜੀ ਕਾਟਣਹਾਰ ਜਗਤ ਗੁਰੂ ਗੋਬਿੰਦ ਜਗਤ ਦਾ ਗੁਰੂ ਜਗਤ ਦਾ ਗੋਬਿੰਦ ਆ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਉਹੀ ਇਸ ਫਾਹੀ ਦਾ ਕਾਟਣਹਾਰ ਹੈ ਚਰਨ ਕਮਲ ਤਾਂਕੇ ਕਰੋ ਉਹਦੇ ਚਰਣਾ ਕਮਲਾਂ ਵਿੱਚ ਆਪਣਾ ਨਿਵਾਸ ਲਿਲਾਟ ਲਿਖੇ ਟਾਈਮ ਸੜਕੋ ਥੋੜਾ ਰਹਿ ਗਿਆ ਮੈਂ ਪੂਰਾ ਕਰਨਾ ਲਿਲਾਟ ਲਿਖੇ ਲਿਲਾਟ ਮੈਨੇ ਕੀ ਹੁੰਦਾ ਜੀ ਮਸਤਕ ਮਸਤਕ ਲਿਲਾਟ ਲਿਖੇ ਪਾਇਆ ਗੁਰ ਸਾਧੂ ਮੱਤੇ ਦੇ ਲਿਖੇ ਭਾਗਾ ਦੇ ਅਨੁਸਾਰ ਗੁਰੂ ਸਾਧੂ ਨਾਲ ਮਿਲਾਪ ਹੁੰਦਾ ਹੈ ਗੁਰਬਚਨੀ ਮਨ ਤਨ ਰਾਤਾ ਤੇ ਗੁਰੂ ਦੇ ਬਚਨਾਂ ਦੇ ਵਿੱਚ ਗੁਣੋ ਦੇ ਬਚਨਾਂ ਦੇ ਰਾਹੀਂ ਮਨ ਔਰ ਤਨ ਪਰਮਾਤਮਾ ਦੇ ਪ੍ਰੇਮ ਵਿੱਚ ਰੰਗਿਆ ਜਾਂਦਾ ਹੈ ਹਰ ਪ੍ਰਭ ਆਏ ਮਿਲੇ ਸੁਖ ਪਾਇਆ ਸਭ ਕਿਲਵਿਖ ਪਾਪ ਗਵਾਤਾ ਤੇ ਜਦੋਂ ਇਦਾਂ ਹਰੀ ਪਰਮਾਤਮਾ ਮਿਲ ਜਾਂਦਾ ਤੇ ਆਤਮਿਕ ਆਨੰਦ ਮਿਲਦਾ ਤੇ ਸਾਰੇ ਕਿਲਵਿਖ ਪਾਪ ਜਿਹੜੇ ਨੇ ਉਹ ਗਵਾ ਦਿੱਤੇ ਜਾਂਦੇ ਸਭ ਮੁੱਕ ਜਾਂਦੇ ਨੇ RAM ਰਸਾਇਣ ਤਿੰਨ ਜਿਹਨੂੰ ਗੁਰਮਤ ਪਾਇਆ ਤਿੰਨ ਕੀ ਉੱਤਮ ਬਾਤਾ RAM ਰਸਾਇਣ ਕਿਦਾਂ ਪਾਇਆ ਗੁਰਮਤ ਪਾਇਆ ਜਿਨ੍ਹਾਂ ਨੇ ਗੁਰੂ ਦੀ ਮਤ ਦਾ ਪੱਲਾ ਫੜ ਕੇ ਗੁਰੂ ਦੀ ਮਤ ਗ੍ਰਹਿਣ ਕਰਕੇ ਪਰਮਾਤਮਾ ਦੇ ਨਾਮ ਦਾ ਰਸ ਰੂਪੀ ਰਸਾਇਣ ਜੋ ਰਸਾਂ ਦਾ ਘਰ ਹੈਗਾ ਉਹ ਪ੍ਰਾਪਤ ਕੀਤਾ ਤਿੰਨ ਕੀ ਉੱਤਮ ਬਾਤਾਂ ਉਹਨਾਂ ਦੀ ਗੱਲਾਂ ਤੇ ਬੜੀਆਂ ਉੱਤਮ ਨੇ ਸ਼੍ਰੇਸ਼ਟ ਨੇ ਉਹਨਾਂ ਦੀ ਸੋਭਾ ਬੜੀ ਕਮਾਲ ਦੀ ਹੈ ਤਿੰਨ ਕੀ ਪੰਕ ਪਾਈ ਹੈ ਵਡ ਭਾਗੀ ਉਹਨ ਇਥੇ ਪੰਕ ਦਾ ਮਤਲਬ ਹੈ ਚਰਨ ਧੂੜ ਇਹੋ ਜੇ ਮਨੁੱਖਾਂ ਦੀ ਇਹੋ ਜੇ ਗੁਰਮੁਖਾਂ ਦੀ ਪੰਕ ਚਰਨ ਧੂੜ ਵੱਡੇ ਹਰ ਰੰਗ ਰਤਾ ਸਦ ਬੈ ਰਾਗੀ ਹਰ ਨਿਕਟ ਹਰੀ ਉਹਦੇ ਨਿਕਟ ਹੈ ਉਹਦੇ ਨੇੜੇ ਵੱਸਦਾ ਤਿਨਾ ਕਰ ਆਵੇ ਕੋ ਉਹਦੇ ਹਿਰਦੇ ਰੂਪੀ ਘਰ ਵਿੱਚ ਹਰੀ ਆ ਕੇ ਵੱਸ ਜਾਂਦਾ ਹੈ ਤਨ ਕੀ ਪੰਖ ਮਿਲੇ ਤਾਂ ਜੀਵਾ ਇਹੋ ਜੇ ਭਾਗਾਂ ਵਾਲਿਆਂ ਦੀ ਚਰਨ ਧੂੜ ਮਿਲੇ ਤਾਂ ਮੈਂ ਆਤਮਿਕ ਜੀਵਨ ਪ੍ਰਾਪਤ ਕਰਦਾ ਹਾਂ ਤਾਂ ਜੀਵਾ ਕਰ ਕਿਰਪਾ ਆਪ ਦਿਵਾਵੇ ਕੋ ਪਰ ਇਹੋ ਜੇ ਗੁਰਮੁਖਾਂ ਦੀ ਚਰਨ ਧੂੜ ਪਰਮਾਤਮਾ ਦੀ ਬਖਸ਼ਿਸ਼ ਨਾਲ ਹੀ ਮਿਲਦੀ ਹੈ ਦੁਵਿਧਾ ਲੋਭ ਲਗੇ ਹਨ ਪ੍ਰਾਣੀ ਦੁਬਿਧਾ ਦੇ ਦੋ ਮਤਲਬ ਹੁੰਦੇ ਨੇ ਇੱਕ ਤੇ ਦੋ ਵਿਧੀਆਂ ਦੁਚਿੱਤਾਪਨ ਇੱਕ ਹੁੰਦਾ ਮੇਰ ਤੇਰ ਆਮ ਤੌਰ ਤੇ ਦੁਨੀਆਦਾਰ ਪ੍ਰਾਣੀ ਲੋਭ ਵਿੱਚ ਤੇ ਮੇਰ ਤੇਰ ਵਿੱਚ ਹੀ ਫਸਿਆ ਰਹਿੰਦਾ ਮਨ ਕੋਰੇ ਰੰਗ ਨਾ ਆਵੇ ਕੋ ਤੇ ਉਹਨਾਂ ਦੇ ਕੋਰੇ ਰੰਗ ਕੋਰੇ ਮਨ ਦੇ ਉੱਤੇ ਪਰਮਾਤਮਾ ਦੇ ਨਾਮ ਦਾ ਰੰਗ ਨਹੀਂ ਚੜਦਾ ਪਰ ਪਰ ਫਿਰ ਕੀ ਹੁੰਦਾ ਹੈ ਇਹੋ ਜਿਹਾ ਮਨੁੱਖ ਜਿਹੜਾ ਦੁਬਿਧਾ ਤੇ ਲੋਭ ਦਾ ਸ਼ਿਕਾਰ ਹੈ ਫਿਰ ਉਲਟਿਓ ਜਨਮ ਹੋਵੇ ਗੁਰਬਚਨੀ ਪਰ ਜੇ ਗੁਰੂ ਦੇ ਬਚਨ ਤੋਂ ਆਪਣੇ ਜੀਵਨ ਦਾ ਆਧਾਰ ਬਣਾ ਲਵੇ ਫਿਰ ਉਲਟਿਓ ਦੁਬਿਦਾ ਤੇ ਲੋਭ ਵਿੱਚੋਂ ਉਹਦਾ ਮਨ ਉਲਟ ਜਾਂਦਾ ਹੈ ਜਨਮ ਹੋਵੇ ਨਵਾਂ ਜਨਮ ਹੁੰਦਾ ਹੈ ਨਵੀਂ ਜ਼ਿੰਦਗੀ ਮਿਲਦੀ ਹੈ ਗੁਰਪੁਰਖ ਮਿਲਾ ਰੰਗ ਲਾਵੇ ਕੋ ਤੇ ਗੁਰਪੁਰਖ ਨਾਮ ਮਿਲ ਕੇ ਫਿਰ ਪਰਮਾਤਮਾ ਦੇ ਨਾਮ ਦਾ ਰੰਗ ਚੜ ਜਾਂਦਾ ਹੈ ਮੁੰਦੇ ਇਆਣੀ ਮਨਮੁਖੀ ਫਿਰ ਆਵਣ ਜਾਣਾ ਅੰਗ ਐਵੇਂ ਤਾਂ ਪਾਈਏ ਤਾਂ ਕਿ ਗੁਰਬਾਣੀ ਦੀ ਵੰਸਵੰਤਾ ਦੇ ਨਾਲ ਤੁਹਾਡੀ ਜਾਣ ਪਛਾਣ ਕਰਾਈ ਜਾਵੇ ਇੱਥੇ ਕਕਾ ਜਾਂ ਗੱਗਾ ਨਹੀਂ ਵਰਤਿਆ ਗਿਆ ਊਂ ਆ ਵਰਤਿਆ ਗਿਆ ਅੰਗ ਸੈਲੰਗ ਅੰਗ ਤੇ ਥੱਲੇ ਦੇਖੋ ਆਖਰੀ ਪੰਕਤੀ ਜਿੱਥੇ ਨੀਲਾ ਰੰਗ ਕੀਤਾ ਪੰਗ ਪੰਗ ਠੀਕ ਹੈ ਜੀ ਤੇ ਉਹਦਾ ਹੀ ਪੰਕ ਜਿਹੜਾ ਅਸੀਂ ਪੜ੍ਹਦੇ ਆ ਰਹੇ ਹਾਂ ਉਹਦਾ ਦੂਜਾ ਰੂਪ ਹੈਗਾ ਤੁਹਾਡੇ ਧਿਆਨ ਵਿੱਚ ਲਿਆਣ ਲਈ ਹੈ ਜਾਣ ਕੇ ਮੈਂ ਇਹ ਪੰਕਤੀ ਇੱਥੇ ਸ਼ਾਮਿਲ ਕੀਤੀ ਹੈ ਮੁੰਦੇ ਆਣੀ ਮਨਮੁਖੀ ਫਿਰ ਆਵਣ ਜਾਣਾ ਅੰਗ ਅੰਗ মানে ਸਾਤ ਸਾਥ ਸਾਥ ਮੁੰਦੇ ਆਣੀ ਮੁੰਦ ਮਨੇ ਜੀਵ ਸਤਰੀ ਯਾਣੀ ਮਨੇ ਅਨਜਾਨ ਜੀਵ ਸਤਰੀ ਮਨ ਦੇ ਮਗਰ ਲੱਗ ਕੇ ਜਿਹੜੀ ਰਹਿੰਦੀ ਏ ਉਹਦੇ ਲਈ ਆਣ ਜਾਣ ਆਣ ਜਾਣ ਦਾ ਗੇੜ ਅੰਗ ਉਹਦਾ ਸਾਥ ਬਣਿਆ ਰਹਿੰਦਾ ਹੈ ਭਾਵ ਆਵਣ ਜਾਵਣ ਦਾ ਕੈਮ ਰਹਿੰਦਾ ਹੈ ਹਰ ਪ੍ਰਭ ਚਿਤਨਾ ਆਇਓ ਮਨ ਦੂਜਾ ਭਾਉ ਸਹਿਲੰਗ ਸਹਿਲੰਗ ਮਨੇ ਸਾਥੀ ਹਰੀ ਪ੍ਰਭੂ ਉਹਦੇ ਚਿਤ ਵਿੱਚ ਨਹੀਂ ਆਂਦਾ ਤੇ ਮਨ ਦੂਜਾ ਭਾਉ ਮਨ ਵਿੱਚ ਦੂਜਾ ਭਾਉ ਭਾਵ ਮਾਇਆ ਦਾ ਪਿਆਰ ਸੈਲੰਗ ਬਣਿਆ ਰਹਿੰਦਾ ਹੈ ਭਾਉ ਉਹਦਾ ਸਾਥੀ ਬਣਿਆ ਰਹਿੰਦਾ ਹੈ ਸਾਥੀ ਹਮ ਮੈਲ ਪਰੇ ਦੋਚਾਰੀਆ ਏ ਵਾਏ ਗੁਰੂ ਜੀ ਅਸੀਂ ਮੈਲ ਦੇ ਭਰੇ ਆ ਦੋਚਾਰੀਆ ਭਾਉ ਦੁਰਾਚਾਰੀ ਭੈੜੇ ਆਚਰਣ ਵਾਲੇ ਆ ਹਰ ਰਾਖੋ ਅੰਗੀ ਅੰਗ ਅੰਗੀ ਮੈਨੇ ਅੰਗ ਪਾਲਣ ਵਾਲਾ ਨਾਲ ਖਾਣ ਵਾਲਾ ਸਹਾਇਤਾ ਕਰਨ ਵਾਲਾ ਅੰਗ ਮੈਨੇ ਸਹਾਇਤਾ ਕਰੋ ਮੇਰਾ ਪਾਸਾ ਲਵੋ ਮੇਰੀ ਸਾਈਡ ਲਵੋ ਮੇਰੀ ਮਦਦ ਕਰੋ ਗੁਰ ਅੰਮ੍ਰਿਤ ਸਰ ਨਵ ਲਾਇਆ ਅੰਮ੍ਰਿਤ ਸਰ ਮੈਨੇ ਅੰਮ੍ਰਿਤ ਦਾ ਸਰੋਵਰ ਭਾਵ ਪ੍ਰਮਾਤਮਾ ਦਾ ਨਾਮ ਗੁਰੂ ਫਿਰ ਕੀ ਕਰਦਾ ਹੈ ਅੰਮ੍ਰਿਤ ਦੇ ਸਰੋਵਰ ਵਿੱਚ ਇਸ਼ਨਾਨ ਕਰਵਾਉਂਦਾ ਹੈ ਸਭ ਲਾਥੇ ਕਿਲਵਿਕ ਪੰਗ ਪਾਪਾਂ ਦਾ ਸਾਰਾ ਚਿੱਕੜ ਜਿਹੜਾ ਹੈ ਉਹ ਫਿਰ ਲੱਥ ਜਾਂਦਾ ਹੈ ਇਦਾਂ ਧਿਆਨ ਦੇ ਨਾਲ ਸਾਝੇ ਸਾਝੇ ਪੜੋ ਤੇ ਸਾਰੀ ਗੱਲ ਸਮਝ ਆ ਜਾਂਦੀ ਹੈ ਸੁਰਗ ਮੁਕਤ ਬੈਕੁੰਠ ਸਭ ਬੰਛੇ ਨਿਤ ਆਸਾ ਆਸ ਕਰੀ ਜਾਏ ਸਿੱਖੀ ਨਗਦੀ ਦਾ ਧਰਮ ਹੈ ਨਗਦੀ। ਬਾਕੀ ਧਰਮ ਉਧਾਰ ਦਾ ਧਰਮ ਨੇ। ਉਧਾਰ ਦਾ ਮਤਲਬ ਮਰਨ ਤੋਂ ਬਾਅਦ ਸਵਰਗ, ਮਰਨ ਤੋਂ ਬਾਅਦ ਬਹਿਸ਼ਤ, ਮਰਨ ਤੋਂ ਬਾਅਦ ਵੈਕੁੰਠ, ਮਰਨ ਤੋਂ ਬਾਅਦ ਮੁਕਤੀ। ਸਾਡਾ ਨੇ ਸਾਡਾ ਕੈਸ਼ ਧਰਮ ਹੈ। ਜਿੰਦੇ ਜੀ ਸਵਰਗ, ਜਿੰਦੇ ਜੀ ਮੁਕਤੀ। ਜੀਵਨ ਮੁਕਤ। ਕੋਈ ਕ੍ਰੈਡਿਟ ਤੇ ਨਹੀਂ ਆਇਆ ਕੰਮ ਸਾਡਾ। ਗੁਰੂ ਨਾਲ ਦੇ ਨਾਲ ਹੀ ਮੁਕਤ ਕਰ ਦਿੰਦਾ। ਸੋ ਅਸੀਂ ਮਰਨ ਤੋਂ ਬਾਅਦ ਦੀ ਉਡੀਕ ਨਹੀਂ ਕਰਦੇ। ਮਰਨ ਤੋਂ ਬਾਅਦ ਕੌਣ ਮੁਕਤ ਹੋਇਆ ਮਰਨ ਮੁਕਤ ਕਿਨੇ ਪਾਈ ਪਤਾ ਕਿਸੇ ਨੂੰ ਕੋਈ ਕੋਈ ਜਾ ਕੇ ਵਾਪਸ ਆਇਆ ਕੁਝ ਨਹੀਂ ਪਤਾ ਮੈਂ ਕਿਵਰ ਕਹਿਣਾ ਹਾਂ ਨਾ ਮੈਂ ਕੋਈ ਕੰਮ ਕਰਾਣਾ ਹੋਵੇ ਤੇ ਬੰਦਾ ਕਵੇ ਕੋਈ ਪਲੰਬਰ ਜਾਂ ਮਨ ਲੋ ਕਾਰਪੈਂਟਰ ਉਹ ਕਵੇ ਜੀ 10000 ਰੁਪਏ ਲੱਗੇਗਾ ਤੁਹਾਡਾ ਤੇ ਮੈਂ ਕਹਾਂ ਪਾਜੀ ਮੈਂ ਤੁਹਾਨੂੰ 10 ਲੱਖ ਰੁਪਏ ਦੇਵਾਂਗਾ ਮਰਨ ਤੋਂ ਬਾਅਦ ਕੰਮ ਕਰ ਦਿਓ ਜਿਹੜਾ ਬੰਦਾ ਗੁੱਠਾ ਛਾਪ ਵੀ ਹੈਗਾ ਨਾ ਅਨਪੜ੍ਹ ਜਿੰਨੇ ਕਦੀ ਸਕੂਲ ਦੀ ਕੰਧ ਨਹੀਂ ਟੱਪੀ ਉਹ ਵੀ ਇਸ ਸੌਦੇ ਨੂੰ ਪ੍ਰਵਾਨ ਨਹੀਂ ਕਰੇਗਾ ਉਹਨੂੰ ਵੀ ਇੰਨੀ ਅਕਲ ਹੋਏਗੀ ਉਹ ਕਹੇ ਤੁਸੀਂ 10000 ਨਾ ਦਿਓ ਮੈਨੂੰ 9500 ਦੇ ਦਿਓ 9 ਦੇ ਦੇ ਪਰ ਮੈਨੂੰ ਚਾਹੀਦਾ ਹੁਣੀ ਹੈਗਾ ਠੀਕ ਹੈ ਨਾ ਸੋ ਜਿਹੜਾ ਬੰਦਾ ਮਿਲ ਕੇ ਇਹੋ ਜਿਹਾ ਸੌਦਾ ਪ੍ਰਵਾਨ ਨਹੀਂ ਕਰਦਾ ਉਹ ਸੁਰਗਾਂ ਦਾ ਸੌਦਾ ਕਰੀ ਜਾ ਰਿਹਾ ਹੈ ਬਿਸ਼ਤਾ ਸੌਦਾ ਕਰੀਏ ਮੁਕਤੀ ਦਾ ਸੌਦਾ ਮਰਨ ਤੋਂ ਬਾਅਦ ਨਹੀਂ ਦੇਖੋ ਗੁਰਬਾਣੀ ਕਲੀਅਰ ਕਰਦੀ ਹੈ ਸੁਰਗ ਮੁਕਤ ਬੈਕੁੰਠ ਸਭ ਬੰਛੇ ਸਾਰੇ ਇਹਨਾਂ ਚੱਕਰਾਂ ਜੀ ਪਏ ਹੋਏ ਨੇ ਨੀ ਤਾਂ ਆਸਾ ਆਸ ਖਰੀਜੇ ਰੋਜ਼ ਇਹਦੀਆਂ ਆਸਾਂ ਲਈ ਬੈਠੇ ਨੇ ਹਰ ਦਰਸ਼ਨ ਕੇ ਜਨ ਮੁਕਤ ਨਾ ਮੰਗੇ ਜਿਹੜੇ ਹਰੀ ਦਰਸ਼ਨ ਦੇ ਪੰਦੀ ਨੇ ਵਾਇਗੁਰੂ ਦੇ ਨਾਲ ਦੋਸਤੀ ਰੱਖਣ ਵਾਲੇ ਨੇ ਉਹ ਮੁਕਤ ਨਹੀਂ ਮੰਗਦੇ ਮਿਲ ਦਰਸ਼ਨ ਤ੍ਰਿਪਤ ਮਨ ਧੀਜਾ ਉਹਨਾਂ ਨੂੰ ਤੇ ਦਰਸ਼ਨ ਕਰਕੇ ਹੀ ਮਨ ਦੀ ਤ੍ਰਿਪਤੀ ਹੁੰਦੀ ਹੈ ਧੀਜਨ ਧੀਰਜ ਫੜਦਾ ਮਾਇਆ ਮੋਹ ਸਭਲ ਹੈ ਭਾਰੀ ਮੋਹ ਕਾਲਖ ਦਾਗ ਲਗੀ ਜਾ ਮਾਇਆ ਦਾ ਮੋਹ ਬੜਾ ਤਗੜਾ ਹੈ ਸਭਲ ਹੈ ਤੇ ਇਹਦੇ ਮੋਹ ਦੇ ਨਾਲ ਕਾਲਖ ਦਾ ਦਾਗ ਮਾਇਆ ਦੀ ਕਾਲਖ ਦਾ ਦਾਗ ਲੱਗ ਜਾਂਦਾ ਹੈ ਮਨਾਂ ਨੂੰ ਮਨ ਨੂੰ ਮੇਰੇ ਠਾਕੁਰ ਕੇ ਜਨ ਅਲਿਪ ਤਹ ਮੁਕਤੇ ਭਜਨ ਦੇ ਠਾਕੁਰ ਦੇ ਸੇਵਕ ਨੇ ਜਿਹੜੇ ਸਿਮਰਨ ਕਰਦੇ ਨੇ ਉਹ ਇਹਨਾਂ ਕਾਲਖਾਂ ਤੋਂ ਅਲੇਪ ਅਲੇਪ ਰਹਿੰਦੇ ਨੇ ਮੁਕਤ ਰਹਿੰਦੇ ਨੇ ਜਿਵੇਂ ਮੁਰਗਾਈ ਪੰਖ ਨਾ ਭੀਜਾ ਹੁਣ ਇਥੇ ਪੰਖ ਦਾ ਦੂਜਾ ਮਤਲਬ ਆ ਗਿਆ ਫੰਗ ਖੰਭ ਇਥੇ ਹੈਗਾ ਪੰਖ ਜਿਵੇਂ ਮੁਰਗਾਬੀ ਦੇ ਪੰਖ ਬੱਤਖ ਜਿਹੜੀ ਹੈ ਪਾਣੀ ਚ ਤਰਦੀ ਹੈ ਪਰ ਉਹਦੇ ਮਦੇ ਖੰਭ ਜੜਿਆ ਨਹੀਂ ਭੀਜਦੇ ਨਹੀਂ ਹੈਗੇ ਇਸੇ ਤਰ੍ਹਾਂ ਗੁਰੂ ਕੇ ਸਿੱਖ ਰਹਿੰਦੇ ਗ੍ਰਸਥ ਵਿੱਚ ਨੇ ਰਹਿੰਦੇ ਦੁਨੀਆਂ ਵਿੱਚ ਹੀ ਨੇ ਆਪਣਾ ਕੰਮਕਾਰ ਵੀ ਕਰਦੇ ਨੇ ਪਰ ਉਹਦੇ ਵਿੱਚ ਖੱچے ਤੇ ਨਹੀਂ ਹੁੰਦੇ ਪੰਕ ਦਾ ਬਨੇ ਖੰਭ ਹੁਣ ਆਖਰੀ ਦੋ ਪੰਕਤੀਆਂ ਆਖਰੀ ਦੋ ਸਲਾਈਡਾਂ ਸਾਡੀਆਂ ਪਾਵਕ ਮਹਾ ਅਗਾ ਅਗਨ ਦਾ ਸਾਗਰ ਅਗਾ ਮੈਨੇ ਅਥਾ ਇਹ ਦੇਖੋ ਐਵੇਂ ਤੁਹਾਨੂੰ ਤਿੰਨੋਂ ਸ਼ਬਦਾਂ ਦੇ ਇੱਕੋ ਹੀ ਅਰਥ ਨੇ ਅਗਾ ਅਥਾ ਅਸਗਾ ਭਾਵ ਡੂੰਗਾ ਜਿਹੜੀ ਥਾਪ ਆਈ ਨਹੀਂ ਜਾ ਸਕੀ ਅਸਗਾ ਅਥਾ ਅਗਾ ਅਗਨ ਦਾ ਸਾਗਰ ਇਹ ਦੁਨੀਆ ਜਿਹੜੀ ਹੈ ਗੁਰੂ ਸਾਹਿਬ ਕਹਿੰਦੇ ਨੇ ਇਹ ਅੱਗ ਦਾ ਬੜਾ ਡੂੰਗਾ ਸਾਗਰ ਹੈ ਗੁਰ ਬੋਹਿਤ ਤਾਰੇ ਰਤਨਾਗਰ ਰਤਨਾਗਰ ਮੇਂ ਰਤਨਾਦੀ ਖਾਨ ਗੁਰੂ ਰਤਨਾਦੀ ਰਤਨ ਕੜੇ ਨੇ दैवी ਗੁਣਾ ਦੀ ਖਾਨ ਹੈ ਤੇ ਇਸ ਸਾਗਰ ਚੋਂ ਪਾਰ ਉਤਾਰਨ ਵਾਲਾ ਬੋਹਿਤ ਹੈ ਬੋਹਿਤ ਮਨੇ ਜਹਾਜ਼ ਹੈ ਦੁੱਤਰ ਅੰਧ ਵਿਖਵੇਂ ਮਾਇਆ ਇਹ ਮਾਇਆ ਨੂੰ ਤਰਨਾ ਬੜਾ ਔਖਾ ਦੁੱਤਰ ਹੈ ਬਿਕ ਮਨੇ ਓਕੇ ਤੇ ਅੰਧ ਮਨੇ ਇਚ ਘੁੱਪ ਹਨੇਰਾ ਗੁਰ ਪੂਰੇ ਪ੍ਰਗਟ ਮਾਰਗ ਦਿਖਾਇਆ ਪਰ ਪੂਰਾ ਗੁਰੂ ਨੇ ਮੈਨੂੰ ਮਾਰਗ ਸਪਸ਼ਟ ਤੌਰ ਤੇ ਦਿਖਾ ਦਿੱਤਾ ਹੁਣ ਮੈਨੂੰ ਇਸ ਮਾਇਆ ਤੋਂ ਡਰ ਨਹੀਂ ਲੱਗਦਾ ਗੁਰ ਕੇ ਚਰਨ ਹਿਰਦੈ ਉਰਤਾਰੇ ਜਿਸ ਮਨੁੱਖ ਨੇ ਵੀ ਗੁਰੂ ਦੇ ਚਰਨ ਹਿਰਦੇ ਵਿੱਚ ਧਾਰ ਲਏ ਗੁਰੂ ਦਾ ਚਰਨ ਦਾ ਮਤਲਬ ਕੀ ਹੈ ਹਿਰਦੈ ਚਰਨ ਸ਼ਬਦ ਸਤ ਗੁਰ ਕੋ ਨਾਨਕ ਬੰਦਿਓ ਪਾਲ ਗੁਰੂ ਦਾ ਸ਼ਬਦ ਹੀ ਗੁਰੂ ਦੇ ਚਰਨ ਨੇ ਅਗਨ ਸਾਗਰ ਤੇ ਉਤਰੇ ਪਾਰੇ ਜਿਨੇ ਸ਼ਬਦ ਗੁਰੂ ਦਾ ਹਿਰਦੇ ਚ ਧਾਰ ਲਿਆ ਉਹ ਇਸ ਅਗਦੇ ਸਾਗਰ ਤੋਂ ਪਾਵਗ ਦੇ ਸਾਗਰ ਤੋਂ ਪਾਰ ਹੋ ਗਿਆ ਜਨਮ ਮਰਨ ਸਭ ਮਿੱਟੀ ਉਪਾਦ ਉਪਾਦ ਨੇ ਬਿਖੇੜਾ ਰੋਗ ਜਨਮ ਮਰਨ ਦਾ ਸਾਰਾ ਬਿਖੇੜਾ ਉਹਦਾ ਨਿਪਟ ਗਿਆ ਪ੍ਰਭ ਸਿਉ ਲੱਗੀ ਸਹਿਜ ਸਮਾਦ ਆਤਮਿਕ ਡੋਲਤਾ ਵਿੱਚ ਟਿੱਕੇ ਉਹਦੀ ਪਰਮਾਤਮਾ ਦੇ ਨਾਲ ਸਮਾਧੀ ਲੱਗ ਜਾਂਦੀ ਹੈ ਉਹਦੀ ਲਿਵ ਲੱਗ ਜਾਂਦੀ ਹੈ ਆਖਰੀ ਪੰਕਤੀ ਤੇ ਸਾਡਾ ਸਮਾਂ ਵੀ ਸਮਾਪਤ ਹੈ ਬਿਲਕੁਲ ਅਸੀਂ ਟਾਈਮ ਸੇ ਰਹਿ ਗਏ ਆ 10 ਮਿੰਟ ਹੋ ਰਾ ਹੈ ਕਿਨੇ ਚਲੋ ਠੀਕ ਹੈ ਮੈਂ ਫਿਰ ਇਹਨਾਂ ਦੇ ਜਿਹੜੇ ਡਾਊਟ ਹੈਗੇ ਨੇ ਉਹ ਕਲੀਅਰ ਕਰ ਲਾਂਗੇ ਰਾਖ ਰਾਖ ਸ਼ਰਨ ਪ੍ਰਭ ਆਪਣੀ ਅਗਨ ਸਾਗਰ ਵਿਕਰਾਲਾ ਵਿਕਰਾਲਾ ਦਾ ਮਤਲਬ ਕੀ ਹੁੰਦਾ ਜੀ ਡਰਾਉਣਾ ਡਰਾਉਣਾ ਕਹਿੰਦੇ ਇਹ ਵਾਇਗਰੂ ਦੇ ਅੱਗੇ ਅਰਦਾਸ ਕਰਨੀ ਨਹੀਂ ਮਾਣੇ ਉਹ ਕੇ ਪਈ ਹੈ ਅਗਨੀ ਦਾ ਸਾਗਰ ਪਾਵਕਤ ਨਹੀਂ ਕੀਤਾ ਜਿਹੜਾ ਤਿਤ ਸਰ ਵਰੜਾ ਪਹਿਲੇ ਨਿਵਾਸਾ ਪਾਣੀ ਪਾਵਕਤ ਨਹੀਂ ਕੀਤਾ ਕਹਿੰਦੇ ਅਗਨ ਸਾਗਰ ਇਹ ਬੜਾ ਵਿਕਰਾਲ ਹੈ ਬੜਾ ਡਰਾਉਣਾ ਹੈ ਹੇ ਵਾਹਿਗੁਰੂ ਜੀ ਮੈਂ ਤੁਹਾਡੀ ਸ਼ਰਨ ਆਇਆ ਮੇਰੀ ਰੱਖਿਆ ਕਰੋ ਮੇਰੀ ਰੱਖਿਆ ਕਰੋ ਨਾਨਕ ਕੇ ਸੁਖਦਾਤੇ ਸਤਗੁਰ ਹਮ ਤੁਮਰੇ ਬਾਲ ਗੋਪਾਲਾ ਹੇ ਮੇਰੇ ਗੋਪਾਲ ਭਾਵ ਹੇ ତਰਤੀ ਦੇ ਪਾਲਨਹਾਰ ਹੇ ਨਾਨਕ ਦੇ ਸੁਖਦਾਤੇ ਹੇ ਸਤਗੁਰ ਮੈਂ ਤੁਹਾਡਾ ਬੱਚਾ ਹਾਂ ਤੁਸੀਂ ਮੇਰੇ ਬਾਲਕ ਦੀ ਇਸ ਅਗਨ ਸਾਗਰ ਤੋਂ ਰੱਖਿਆ ਕਰੋ ਸੋ ਇਹ ਜਿਹੜਾ ਭਾਵ ਜਿਹੜਾ ਹੈ ਜਿਹਦੇ ਵਿੱਚ ਆਪਣਾ ਤਾਣ ਛੱਡ ਕੇ ਆਪਣਾ ਮਾਣ ਛੱਡ ਕੇ ਅਸੀਂ ਗੁਰੂ ਦੀ ਸ਼ਰਨ ਆਣਾ ਇਹ ਬਹੁਤ ਹੀ ਮਹੱਤਵਪੂਰਨ ਹੈ ਬਲਕਿ ਅੱਜ ਕੱਲ ਦੇ ਡਿਜੀਟਲ ਮੀਡੀਆ ਦੇ ਵਿੱਚ ਇਹ ਚੀਜ਼ ਬਹੁਤ ਜਾਣਿਆਂ ਜਾਣੇ ਵਿੱਚ ਕਿਸੇ ਖਾਸ ਬੰਦੇ ਨੂੰ ਬੜਾ ਜ਼ਿਆਦਾ ਹਾਈਲਾਈਟ ਕੀਤਾ ਜਾਂਦਾ ਉਹਦੀ ਪਦਵੀ ਕਰਕੇ ਉਹਦੇ ਅਹੁਦੇ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਹੋਮੇ ਨੂੰ ਜਨਮ ਦਿੰਦੀਆਂ ਨੇ ਪੁਰਾਤਨ ਆਪਣੇ ਲੀਡਰ ਕਹਿੰਦੇ ਛੁਪ ਕੇ ਰਹਿੰਦੇ ਸੀਗੇ ਪਿੱਛੇ ਹੋ ਕੇ ਰਹਿੰਦੇ ਸੀਗੇ ਤੇ ਬਲਕਿ ਮੈਂ ਦੇਖਦਾ ਜਿਹੜਾ ਬੰਦਾ ਜਿੰਨਾ ਪਿੱਛੇ ਰਵੇ ਨਾ ਉਹਨੂੰ ਅਸੀਂ ਨਾਲੇ ਦੂਜੀ ਗੱਲ ਹੈਗੀ ਇਹ ਕਹਿੰਦੇ ਕਿ ਜਿਹੜਾ ਬੰਦੇ ਦੇ ਗੁਣ ਹੁੰਦੇ ਨੇ ਨਾ ਉਹ ਆਪੇ ਪ੍ਰਗਟ ਹੋ ਜਾਂਦੇ ਨੇ ਉਹਨੂੰ ਕਹਿਣਾ ਨਹੀਂ ਪੈਂਦਾ ਕਿਉਂਕਿ ਇਹ ਸੋਭਾ ਜਿਹੜਾ ਫੁੱਲ ਹੈਗਾ ਫੁੱਲ ਨੂੰ ਕਹਿਣਾ ਪੈਂਦਾ ਹੈ ਕਿ ਦੇਖੋ ਜੀ ਮੇਰੇ ਕੋਲ ਕਿੰਨੀ ਵਧੀਆ ਸੁਗੰਧੀ ਹੈਗੀ ਹੈ ਉਹਦੀ ਸੁਗੰਧੀ ਦਾ ਲੱਗੋ ਨੰਗਦੇ ਆਪੇ ਪਤਾ ਲੱਗ ਜਾਂਦਾ ਹੁੰਦਾ ਸੋ ਗੁਣਾ ਦੀ ਸੁਗੰਧੀ ਆਪਣੇ ਆਪ ਹੀ ਉਜਾਗਰ ਹੋ ਜਾਂਦੀ ਹੈ ਸੋ ਗੁਰੂ ਦੀ ਸ਼ਰਨ ਵਿੱਚ ਆ ਕੇ ਇਹ ਕਹਿਣਾ ਕਿ ਮੈਂ ਕੈਪਟਨ ਹੈਗਾ ਮੈਂ ਬੜਾ-ਬੜਾ ਵਕੀਲ ਹੈਗਾ ਮੈਂ ਬੜਾ-ਬੜਾ ਪ੍ਰੋਫੈਸ਼ਨਲ ਹੈਗਾ ਮੈਂ ਬੜਾ-ਬੜਾ ਟਾਈਕੂਨ ਹੈਗਾ ਹੈ ਸਿਰੇ ਦੀ ਮੂਰਖਤਾ ਹੈਗੀ ਹੈ ਗੁਰਸਾਹਿਬ ਨੇ ਕਿਹਾ ਪੜਿਆ ਮੂਰਖ ਆਖੀਏ ਜਿਸ ਲਭ ਲੋਭ ਹੰਕਾਰਾ ਜੇ ਬੰਦਾ ਪੜਿਆ ਲਿਖਿਆ ਹੋ ਕੇ ਲਾਲਚ ਕਰਦਾ ਹੈ ਹੰਕਾਰ ਕਰਦਾ ਹੈ ਤੇ ਗੁਰਸਾਹਿਬ ਨੇ ਉਹਨੂੰ ਮੂਰਖ ਕਿਹਾ ਸੋ ਐੜੀ ਗੱਲਾਂ ਹੈਗੀਆਂ ਇਹਨਾਂ ਤੋਂ ਜਿਹੜਾ ਬਚ ਕੇ ਰਹਿਣਾ ਸਾਵਧਾਨ ਰਹਿਣਾ ਹੈ ਬਹੁਤ ਹੀ ਜ਼ਰੂਰੀ ਹੈ ਜੇ ਅਸੀਂ ਆਤਮਿਕ ਜੀਵਨ ਦੇ ਵਿੱਚ ਉੱਪਰ ਉੱਠਣਾ ਚਾਹੁੰਦੇ ਆ ਤਰੱਕੀ ਕਰਨਾ ਚਾਹੁੰਦੇ ਆ ਤੇ ਇਹਨਾਂ ਗੱਲਾਂ ਨੂੰ ਖਿੰਖਿਨ ਚੇਤੇ ਕਰਨਾ ਪਏਗਾ ਔਰ ਮਾਫ ਕਰਨਾ ਪੜਾ ਇਹਨਾਂ ਸੋਖਾ ਵੀ ਨਹੀਂ ਹੈਗਾ ਇਹ ਬੜੀ ਔਖੀ ਕਾਟੀ ਹੈ ਕਿਉਂਕਿ ਮਨ ਬੜਾ ਠੀਠ ਹੈਗਾ ਜਨਮ ਜਨਮ ਕੀ ਇਸ ਮਨ ਕੋਮਲ ਲਾਗੀ ਕਾਲਾ ਹੋਆ ਸਿਆ ਤੇ ਮੁੜ ਮੁੜ ਕੇ ਉਹੀ ਗਲਤੀਆਂ ਕਰੀ ਜਾਂਦਾ ਤਾਂ ਹੀ ਤੇ ਗੁਰੂ ਸਾਹਿਬ ਕਹਿੰਦੇ ਲੇਖੇ ਕਤੇ ਨਾ ਛੁੱਟੀ ਹੈ ਖਿੰਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਸਾਡਾ ਪਾਰ ਉਤਾਰਾ ਉਹਦੀ ਬਖਸ਼ਿਸ਼ ਨਾਲ ਹੋ ਸਕਦਾ ਉਦੀ ਕਿਰਪਾ ਨਾਲ ਹੋ ਸਕਦਾ ਹੈ ਸਾਡੇ ਕੀਤੇ ਕਰਮਾਂ ਦੇ ਨਾਲ ਨਹੀਂ ਹੋ ਸਕਦਾ ਜੇ ਤਾਂ ਸਮੁੰਦਰ ਸਾਗਰ ਨੀਰ ਭਰਿਆ ਤੇ ਤੇਤਿਅ ਔਗਣ ਮਾਰੇ ਮੈਂ ਕਿੰਨੇ ਗੁਣਾ ਦੇ ਨਾਲ ਉਹਨੂੰ ਨਿਊਟਰਲਾਈਜ਼ ਕਰ ਲਵਾਂਗਾ ਦੱਸੋ ਜਿਹੜੇ ਬੰਦੇ ਕਰਮ ਸਿਧਾਂਤ ਦੇ ਵਿੱਚ ਵਿਸ਼ਵਾਸ ਕਰਦੇ ਨੇ ਮੈਂ ਇੱਕ ਵਾਰ ਪਾਰਕ ਸੀ ਤੇ ਬੈਠਾ ਸੀਗਾ ਆਪਣੇ ਉਹ ਸਨਾਤਨ ਮਤ ਦੇ ਬੰਦੇ ਸੀਗੇ ਉਹ ਕਹਿੰਦੇ ਜੀ ਇਹ ਕੀੜੀਆਂ ਨੂੰ ਸਤਨਾਜਾ ਇਹ ਕੁੱਤਿਆਂ ਨੂੰ ਦੁੱਧ ਜਾਂ ਇਹ ਪੰਛੀਆਂ ਨੂੰ ਅਸੀਂ ਤਾਂ ਪਾਉਂਦੇ ਆਂ ਵੀ ਇਹ ਨਾ ਚੰਗੇ ਕਰਮ ਨੇ ਇਹ ਮਾੜੇ ਕਰਮਾਂ ਨੂੰ ਨਿਊਟਰਲਾਈਜ਼ ਕਰ ਦਿੰਦੇ ਨੇ ਤੇ ਮੈਂ ਸਹਿਸਵਾਇਆ ਮੈਂ ਕਿਹਾ ਵੀਰ ਜੀ ਫਿਰਤੇ ਮੇਰਾ ਤੇ ਪਾਰ ਉਤਾਰਾ ਹੋ ਹੀ ਨਹੀਂ ਸਕਦਾ ਤੇ ਕਿਉਂ ਮੇਰੇ ਔਗਣ ਤੇ ਬਹੁਤ ਜ਼ਿਆਦਾ ਹੈਗੇ ਨੇ ਕਿਉਂਕਿ ਇਹ ਮੇਰਾ ਕੰਮ ਫਿਰ ਮੇਰਾ ਮੇਰਾ ਪਾਰ ਉਤਾਰਾ ਕੀੜੀਆਂ ਨੇ ਸਤਨਾਜਾ ਪਾ ਗਏ ਜਾਂ ਪੰਛੀ ਨੂੰ ਪਾ ਗਏ ਤੇ ਗੱਲ ਬਣਨੀ ਨਹੀਂ ਹੈਗੀ ਤੇ ਫਿਰ ਮੈਂ ਉਹਨੂੰ ਇਹ ਪੰਕਤੀ ਸੁਣਾਈ ਵੀ ਜੇ ਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕੁਛ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ ਮੈਂ ਕਿਹਾ ਗੁਰੂ ਨਾਨਕ ਪਾਸ਼ਾ ਨੇ ਕਿਹਾ ਪਰ ਫਰਸਟ ਪਰਸਨ ਵਿੱਚ ਕਿਹਾ ਆਪਣੇ ਆਪ ਤੇ ਤੋਹਾ ਤੇ ਉਹਦੇ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀਗਾ ਭਾਵ ਇਹ ਸਿਰਫ ਅਸੀਂ ਕਰਮकांड ਲੋਕਾਂ ਨੂੰ ਪਰਮਾ ਕੇ ਕੋਰਾਹੇ ਪਾਇਆ ਹੋਇਆ ਹੈ। ਹੁਣ ਜੇ ਤੁਸੀਂ ਦੇਖੋ ਜੇ ਵਿਗਿਆਨ ਦੇ ਪੱਖੋਂ ਵੀ ਦੇਖੋ ਇਹ ਪੰਛੀਆਂ ਨੂੰ ਪਾਣਾ ਪਾਣਾ ਇਹ ਸਾਰਾ ਉਹਨਾਂ ਦਾ ਕੁਦਰਤ ਦਾ ਬੈਲੈਂਸ ਵਿਗਾੜਨ ਦੇ ਤੁਲੇ। ਬਾਹਲੇ ਦੇਸ਼ਾਂ ਜਿਹੜੇ ਵਿਕਸਿਤ ਦੇਸ਼ ਨੇ ਜਿੱਥੇ ਵਿਗਿਆਨ ਨੇ ਬਹੁਤ ਤਰੱਕੀ ਕੀਤੀ ਹੈ ਕਿ ਮੈਂ ਇਹਨਾਂ ਦੇਸ਼ਾਂ 'ਚ ਘੁੰਮਿਆ ਉੱਥੇ ਉਹ ਲੋਕ ਨਹੀਂ ਪਾਉਂਦੇ। ਉਰਤੇ ਲਿਖਿਆ ਵੀ ਹੋਇਆ ਡੂ ਨਾਟ ਫੀਡ ਦਾ ਫਿਸ਼। ਉਹ ਮਨ ਉਹਦੇ ਨਾਲ ਪੰਛੀ ਦਾ ਕੁਦਰਤੀ ਤੌਰ ਤੇ ਉੱਦਮ ਕਰਕੇ ਜਾਣਾ ਆਪਣਾ ਖਾਣਾ ਲੱਭਣਾ ਉਹ ਤੋਂ ਵਾਂਝੇ ਰਹਿ ਜਾਂਦੇ ਨੇ। ਮਨ ਦਾ ਵਿਕਾਸ ਖਤਮ ਹੋ ਜਾਂਦਾ ਸੋਏ ਤੀਰਥ ਤਪ ਦਿਆਦਤ দান ਜੇ ਕੋ ਪਾਵੈ ਤਿਲਕਾ ਇਹਨਾਂ ਵਿੱਚ ਕੋਈ ਵੜਿਆਈ ਨਹੀਂ ਹੈਗੀ ਇਹਨਾਂ ਚੱਕਰਾਂ 'ਚ ਨਹੀਂ ਪੈਣਾ ਆਪਾਂ ਅਸੀਂ ਸਿਰਫ ਤੇ ਸਿਰਫ ਗੁਰੂ ਦੇ ਸ਼ਬਦ ਨੂੰ ਪ੍ਰਮਾਤਮਾ ਦੇ ਸਿਮਰਨ ਨੂੰ ਆਪਣੇ ਜੀਵਨ ਦੀ ਟੇਕ ਬਣਾਣੀ ਹੈ ਤੇਰਾ ਇੱਕ ਨਾਮ ਤਾਰੇ ਸੰਸਾਰ ਮੈਂ ਇਹ ਆਸ ਇਹੋ ਆਧਾ ਇਹੋ ਹੋਰ ਕੋਈ ਨਹੀਂ ਇਹ ਕੋਈ ਆਸ ਨਹੀਂ ਹੈਗੀ ਇਹ ਕੋਈ ਕ ਅਧਾਰ ਨਹੀਂ ਹੈਗਾ ਇਹੋ ਆਸ ਹੈ ਤੇ ਇਹੋ ਆਧਾਰ ਹੈ ਸੋ ਸਾਡਾ ਧਿਆਨ 100% ਦੀ ਜਿਹਨੂੰ ਅਸੀਂ ਕਹਿੰਦੇ 20 ਵਿਸਵੇ 20 ਵਿਸਵੇ ਦਾ ਮਤਲਬ ਹੈ 100% 100% ਦੀ ਅਸੀਂ ਧਿਆਨ ਆਪਣਾ ਇਸ ਗੱਲ ਤੇ ਫੋਕਸ ਰੱਖਣਾ ਤੇ ਇਹਦੇ ਤੋਂ ਆਪਣੇ ਮਨ ਨੂੰ ਡਿਗਣ ਨਹੀਂ ਦੇਣਾ ਆਖਰੀ ਪੰਕਤੀ ਦੇਖੀ ਹੁਣ ਤਰਿਓ ਸਾਗਰ ਪਾਵਕ ਕੋ ਜੋ ਸੰਤ ਭੇਟੇ ਵਡਪਾਗ ਵੱਡੇ ਪਾਗਾਂ ਦੇ ਨਾਲ ਜਦੋਂ ਗੁਰੂ ਸੰਤ ਨਾਲ ਭੇਟਵਾੜਤਾ ਹੋਈ ਤੇ ਅਗਰ ਦਾ ਸਾਗਰ ਪਾਵਕ ਦਾ ਸਾਗਰ ਤਰਿਆ ਗਿਆ ਜਨਾਨਨਕ ਸਰਬ ਸੁਖ ਪਾਏ ਪਾਏ ਮੋਰੋ ਹਰ ਚਰਣੀ ਚਿਤ ਲਾਗ ਤੇ ਜਦੋਂ ਮੇਰਾ ਚਿਤ ਹਰੀ ਚਰਨਾ ਵਿੱਚ ਜੁੜ ਗਿਆ ਤੇ ਸਮਝੋ ਮੈਂ ਸਾਰੇ ਸੁੱਖ ਜਿਹੜੇ ਸੀਗੇ ਉਹ ਪ੍ਰਾਪਤ ਕਰ ਲਏ ਸੋ ਐਸੀ ਸਾਡੀ ਵਿਚਾਰ ਜਿਹਦੇ ਵਿੱਚ ਆਸਾ ਮਹਿਲਾ ਪਹਿਲਾ ਤਿਤ ਸਰਵ ਰੜਾ ਪਹਿਲੇ ਨਿਵਾਸਾ ਦੀ ਅਸੀਂ ਵਿਚਾਰ ਕੀਤੀ ਤੇ ਨਾਲ ਹੀ ਮਾਰੂ ਰਾਗ ਦੇ ਵਿੱਚ ਗੁਰੂ ਨਾਨਕ ਪਾਸ਼ਾ ਜੀ ਦਾ ਇੱਕ ਹੋਰ ਸ਼ਬਦ ਕਰਣੀ ਕਾਗਤ ਮਨ ਮਸਵਾਣੀ ਬੁਰਾ ਭਲਾ ਦੋ ਲੇਖ ਪਏ ਉਹਦਾ راہ ਉਹਦਾ ਬੰਦ ਹੋ ਗਈ ਸੀ ਚਿਤ ਚੇਤਸਕੀ ਨਾ ਬਾਵਰਿਆ ਹਰ ਬਿਸਰ ਤੇਰੇ ਗੁਣ ਗਲਿਆ ਤੇ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਏ ਪੀ ਇਹ ਗੁਣ ਸਾਨੂੰ ਕਿੱਥੋਂ ਮਿਲਣ ਨੇ ਗੁਣਾ ਕਾ ਨਿਧਾਨ ਇੱਕ ਹੈ ਤੇ ਕਹਿੰਦੇ ਐ ਗੋਮੇਦ ਗੁਣੀ ਨਿਧਾਨ ਉਹ ਗੁਣਾ ਕਾ ਨਿਧਾਨ ਕੋਣੇ ਗੋਬਿੰਦ ਗੁਣੀ ਨਿਧਾਨ ਗੁਰਮੁਖ ਜਾਣੀ ਹੈ ਗੁਰੂ ਦੇ ਸਨਮੁਖ ਹੋ ਕੇ ਹੀ ਉਸ ਗੁਣੀ ਨੇ ਧਾਨ ਗੋਬਿੰਦ ਦੇ ਨਾਲ ਜਾਣ ਪਛਾਣ ਸਾਡੀ ਬਣੇਗੀ। ਸੋ ਗੁਣਾ ਦਾ ਸੋਮਾ ਗੁਣਾ ਦਾ ਸਟੋਰ ਹਾਊਸ ਗੁਣਾ ਦੀ ਰੈਜ਼ਰਵਾਇਰ ਗੁਣਾ ਦਾ ਟਿਕਾਣਾ ਉਹ ਕਾਲਪੁਰਖ ਵਾਹਿਗੁਰੂ ਹੈ ਸਾਡਾ ਗੁਰੂ ਹੈ। ਸੋ ਬਾਣੀ ਨੂੰ ਜਿੰਨਾ ਪੜਾਂਗੇ ਬਾਣੀ ਨੂੰ ਜਿੰਨਾ ਵਿਚਾਰਾਂਗੇ ਉਹ ਗੁਣਾ ਦਾ ਪ੍ਰਵਾਹ ਸਹਿਜ ਸਵਾਇ ਕੁਦਰਤੀ ਤੌਰ ਤੇ ਹੀ ਆਪਣੇ ਆਪ ਸਾਡੇ ਵਿੱਚੋਂ ਤੁਰਨਾ ਔਗਣ ਤੋਤੇ ਜਾਣਗੇ ਤੇ ਗੁਣਾ ਦਾ ਪ੍ਰਵੇਸ਼ ਹੁੰਦਾ ਜਾਏ। ਅਸੀਂ ਸਿਰਫ ਇਹ ਕਰਨਾ ਹੈ ਸੰਗਤ ਕਰਨੀ ਹੈ ਬਾਣੀ ਪੜਨੀ ਹੈ ਵੱਧ ਤੋਂ ਵੱਧ ਬਾਣੀ ਕੰਠ ਕਰਨੀ ਹੈ। ਹੋਰ ਗੁਰਬਾਣੀ ਤੁਰਦੇ ਫਿਰਦੇ ਵੀ ਪੜੀ ਜਾ ਸਕਦੀ ਹੈ ਉਠਤ ਬੈਠਤ ਸੋਵਤ ਤੇ ਆਈ ਹੈ ਮਾਰਗ ਚਲਤ ਹਰਿਆ ਰਗਾਈ ਹੈ ਮੈਂ ਆਪਣੇ ਨਿਜੀ ਤਜਰਬਾ ਦੱਸਦਾ ਮੈਂ ਕੋਈ ਨਵੇਂ ਨਵੇਂ ਸ਼ਬਦ ਹੁੰਦੇ ਮੈਂ ਉਹਨੂੰ ਇਹ ਯਾਦ ਕਰ ਲੈਣਾ ਫਿਰ ਘੰਟੇ ਦੀ ਸਹਿਰ ਕਰਨੀ ਹੈ ਨਾ ਉਹ ਘੰਟੇ ਚ ਜਿੰਨੇ ਵੀ ਸ਼ਬਦ ਹੁੰਦੇ ਨੇ ਮੈਂ ਉਹ ਸ਼ੁਰੂ ਆਪਣੇ ਰਿਵਾਈਜ਼ ਕਰ ਲੈਣਾ ਸਾਰੇ ਉਹ ਫਿਰ ਕੰਠ ਹੋ ਜਾਂਦੇ ਨੇ ਇੱਕ ਤੇ ਸਹਿਰ ਹੋ ਗਈ ਨਾਲ ਦੇ ਨਾਲ ਬਾਣੀ ਦਾ ਉਹ ਅਭਿਆਸ ਹੋ ਗਿਆ ਤੇ ਉਹ ਸਿਮਰਨ ਵੀ ਹੋ ਗਿਆ ਤੇ ਉਹ ਬਾਣੀ ਦੀ ਪੱਕਾਈ ਵੀ ਹੋ ਗਈ हां वही सिमरन करना क्योंकि लग, so, वाही गुरु वाही गुरु करना, वो वाणी ਤੁਹਾਨੂੰ वाणी ਦੇ ਨਾਲ ਕਿਸ ਚੀਜ਼ ਦਾ ਧਿਆਨ ਆਂਦਾ ਹੈ ਅਕਾਲ ਪੁਰਖ ਦਾ ਹੀ ਧਿਆਨ ਆਂਦਾ ਸੋ ਸਿਮਰਨ ਦੇ ਕਈ ਪੱਖ ਨੇ ਇੱਕ ਤੇ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰਨਾ ਉਹ ਵੀ ਸਿਮਰਨ ਨੇ ਕੀਰਤਨ ਸੁਣਨਾ ਉਹ ਵੀ ਸਿਮਰਨ ਨੇ ਸੇਵਾ ਕਰਦੇ ਕਰਦੇ ਆਪਣੇ ਚਿੱਤ ਨੂੰ ਸੁਰਤ ਨੂੰ ਵਾਹਿਗੁਰੂ ਨਾਲ ਜੋੜ ਕੇ ਰੱਖਣਾ ਉਹ ਵੀ ਸਿਮਰਨ ਹੈਗਾ ਬਾਣੀ ਦਾ ਅਭਿਆਸ ਕਰਨਾ ਸਟੱਡੀ ਕਰਨੀ ਉਹ ਵੀ ਸਿਮਰਨ ਹੈਗਾ ਹਾਂਜੀ ਮਤਲਬ ਕਿ ਉਹ ਕਿਹੜੀ ਕਿਰਿਆ ਜਿਹੜੀ ਹੈਗੀ ਹੈ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਕਿਹਾ ਸਾਥ-ਸਾਥ ਸਿਮਰੋ ਗੋਬਿੰਦ ਅਸੀਂ ਤੇ ਹਰ ਸਵਾਸ ਦੇ ਨਾਲ ਸਿਮਰਨ ਕਰਨਾ ਹੈ ਸੋ ਜੀ ਜੋ ਕਿਰਤ ਕਰਦੇ ਆਂ ਖੇਤ ਵਿੱਚ ਹਲ ਵਾਰਿਆਂ ਤਦ ਵੀ ਸਿਮਰਨ ਕਰਨਾ ਹੈ ਹੱਟੀ ਤੇ ਬੈਠਾ ਤਦ ਵੀ ਸਿਮਰਨ ਕਰਨਾ ਹੈ ਜਹਾਜ਼ ਚਲਾ ਰਹੇ ਆਂ ਤਦ ਵੀ ਸਿਮਰਨ ਕਰਨਾ ਤੇ ਹਰ ਵੇਲੇ ਸਿਮਰਨ ਤਾਂ ਹਰ ਵੇਲੇ ਕਰਨਾ ਹਾਂਜੀ ਗੁਰਜੀ ਹਾਂਜੀ ਦੱਸੋ ਜੀ ਓਕੇ ਹਾਂਜੀ ਠੀਕ ਹੈ ਠੀਕ ਹੈ ਜੀ ਅੱਜ ਦੀ ਕਲਾਸ ਵਿੱਚ ਲੱਗਿਆ ਮਨ ਨਹੀਂ ਲੱਗਿਆ ਠੀਕ ਹੈ ਕੋਈ ਗੱਲ ਨਹੀਂ ਇਸ ਤਰ੍ਹਾਂ ਦੇਖੋ ਹਾਂ ਕੋਈ ਗੱਲ ਨਹੀਂ ਚਲੋ ਮੈਂ ਤੁਹਾਨੂੰ ਕੁਝ ਨੁਕਤੇ ਵੈਸੇ ਦੇਖੋ ਪਤਾ ਕੀ ਹੈ ਇਹ ਇਹਦੇ ਵਿੱਚ ਨੇ ਕਈ ਗੱਲਾਂ ਫਿਜ਼ੀਓਲੋਜੀਕਲ ਵੀ ਹੈਗੀਆਂ ਡਾਈਟ ਨਾਲ ਵੀ ਜੁੜੀਆਂ ਹੋਈਆਂ ਪਿਛਲੇ 2-3 ਹਫ਼ਤਿਆਂ ਤੋਂ ਸਾਡੀ ਡਾਈਟ ਵੀ ਬੜੀ ਬਦਲ ਗਈ ਹੈ ਐਡੇ ਪੈਕਡ ਫੂਡ ਅਸੀਂ ਖਾਂਦੇ ਆ ਕਿਉਂਕਿ ਮੈਂ ਮੈਡੀਕਲ ਦੀ ਵੀ ਸਟੱਡੀ ਕਰਦਾ ਰਹਿਣਾ ਐ ਤੁਹਾਡੀ ਸੇਤੇ ਮਾੜਾ ਅਸਰ ਕਰਦੀਆਂ ਤੁਹਾਨੂੰ ਸੁਸਤੰਦੀਆਂ ਨੇ ਇਹੜੇ ਕਾਰਬੋਹਾਈਡਰੇਟਸ ਮੈਦਾ ਆ ਤੇ ਚੀਜ਼ਾਂ ਬਣੀਆਂ ਬਾਹਰੋਂ ਖਾ ਰਿਆ ਨਾ ਬਣੀਆਂ ਬਣੀਆਂ ਪੈਕਟਾਂ ਬੰਦ ਚਾਹੇ ਉਹ ਪੁਜੀਆ ਹੋ ਗਈ ਜਾਂ ਕੇਕਸ ਹੋ ਗਏ ਜਿੰਨਾ ਵੀ ਖਾਣੇ ਆ ਇਹ ਤੁਹਾਨੂੰ ਗਲੂਕੋਜ਼ ਲੈਵਲ ਵੱਧਦਾ ਹੈ ਤੇ ਫੇ ਤੁਹਾਨੂੰ ਬਹੁਤ ਚੁ ਸੁਸਤੀ ਪਿੰਦੀ ਹੈ ਇੱਕ ਤੇ ਖਾਣੇ ਚ ਸਾਦਗੀ ਲੈ ਕੇ ਆਓ ਫਿਰ ਦੂਜੀ ਗੱਲ ਸਮੇਂ ਨਾਲ ਸੋਵੋ ਸਮੇਂ ਨਾਲ ਉੱਠੋ ਇਹ ਕਿਆ ਗੱਲ ਹੈ ਕਿ ਲੇਟ ਸੋਣਾ ਲੇਟ ਜਾਗਣਾ ਜਿਹੜਾ ਅੱਜ ਕੱਲ੍ਹ ਦੇ ਟਾਈਮ ਹੋ ਗਿਆ ਉਹਦਾ ਵੀ ਇਹ ਚੀਜ਼ਾਂ ਹੋ ਰਹੀਆਂ ਅਗਲੀ ਗੱਲ ਜਿਹੜੀ ਹੈਗੀ ਹੈ ਇਹ ਹੈਗੀ ਹੈ ਅਭੀ ਅਗਰ ਮਨ ਨਾ ਲੱਗੇ ਤੇ ਤੁਸੀਂ ਮੁਰ ਮੁਰ ਕੇ ਉਹ ਕਰੋ ਜਿਵੇਂ ਦੇਖੋ ਇੱਕ ਟਾਈਮ 'ਚ ਪੜਾਈ 'ਚ ਸਾਡਾ ਵੀ ਮਨ ਨਹੀਂ ਲੱਗਦਾ ਸੀਗਾ ਪਰ ਸਾਨੂੰ ਪਤਾ ਸੀ ਕਰਨੀ ਹੈ ਜੇ ਨਹੀਂ ਕਰਾਂਗੇ ਤੇ ਮਤਲਬ ਅੱਗੇ ਵਧ ਨਹੀਂ ਸਕਾਂਗੇ ਸੋ ਜਦੋਂ ਮੈਂ ਕੈਪਟਨ ਦੇ ਪੇਪਰ ਦੇਣੇ ਸੀ ਜੀ ਆਫਸਰ ਦੇ ਪੇਪਰ ਦੇਣੇ ਸੀਗੇ ਉਹ ਕਰਨ ਨੂੰ ਜੀ ਥੋੜੀ ਕਰਦਾ ਸੀਗਾ ਪਰ ਮਨ ਮਾਰ ਕੇ ਕਰਦੇ ਸੀਗੇ ਪਰ ਹੌਲੀ ਹੌਲੀ ਫਿਰ ਉਹ ਇੰਟਰਸਟ ਜਾਗਣ ਲੱਗਿਆ ਫਿਰ ਮੈਂ ਵਿਸ਼ੇ ਪੜਾਈ ਵੀ ਨੇ ਬਾਅਦ 'ਚ ਜਿਹੜੇ ਵਿਸ਼ੇ ਮੈਂ ਆਪ ਔਖੇ ਹੋ ਕੇ ਪੜਦਾ ਸੀਗਾ ਬਾਅਦ 'ਚ ਮੈਂ ਟੀਚਿੰਗ ਵੀ ਕੀਤੀ ਹੈ ਸੋ ਕਹਿਣ ਦਾ ਮਤਲਬ ਹੈਗਾ ਕਿ ਜਦੋਂ ਅਸੀਂ ਔਖੀ ਘਾਟੀ ਚੜਦੇ ਆ ਪਹਿਲੇ ਲੱਤਾਂ ਦੁਖਦੀਆਂ ਨੇ ਬੁਰਾ ਲ ਹੁੰਦਾ ਹੈ ਮਸਲ ਸਪੇਨ ਹੁੰਦੀਆਂ ਨੇ ਬੁਰਾ ਲ ਹੁੰਦਾ ਪਸੀਨੇ ਆਉਂਦੇ ਨੇ ਪਰ ਬਾਅਦ ਵਿੱਚ ਉਹ ਫਿਰ ਐਡਵੈਂਚਰਸ ਫਿਰ ਤੁਹਾਨੂੰ ਇਹ ਚੰਗਾ ਲੱਗਦਾ ਫਿਰ ਬੰਦਾ ਆਪ ਤਿਆਰ ਹੋ ਕੇ ਬੈਕਪੈਕ ਲੈ ਕੇ ਹੁਣ ਮੈਂ ਦੇਖੋ ਮੈਂ ਮੈਂ ਡੰਡ ਵੀ ਘੜਦਾ ਡੰਬਲ ਵੀ ਮਾਰਦਾ ਹੁਣ ਉਹ ਲੱਗਦਾ ਬੰਦਾ ਕੀ ਲੋਡੇ ਕਰਨ ਦੀ ਐ ਸਭ ਔਖੇ ਹਣ ਦੀ ਕੀ ਲੋਡ ਹੈਗੀ ਹੈ ਕਈ ਬੰਦੇ ਕਹਿੰਦੇ ਨੇ ਪਰ ਉਹ ਮੈਨੂੰ ਪਤਾ ਹੈ ਕਿ ਉਹ ਕਰਨ ਤੋਂ ਬਾਅਦ ਬਾਤੋਂ ਬਾਅਦ ਚ ਵਧੀਆ ਲੱਗਦਾ ਭੁੱਖ ਵਧੀਆ ਲੱਗਦੀ ਨੀਂਦ ਵਧੀਆ ਆਉਂਦੀ ਹੈ ਤੇ ਸਰੀਰ ਤੰਦਰੁਸਤ ਹੁੰਦਾ ਹੈ ਸੋ ਕਹਿਣ ਦਾ ਮਤਲਬ ਹੈਗਾ ਇਹ ਸੈਲਫ ਮੋਟੀਵੇਸ਼ਨ ਤੁਹਾਨੂੰ ਆਪਣੇ ਅੰਦਰੋਂ ਦੀ ਜਗਾਣੀ ਪਵੇਗੀ। ਹਾਂਜੀ। 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 ਹਾਂ ਨਹੀਂ ਨਹੀਂ ਡਾਂਟਣਾ ਕਿਹਾ ਮੈਂ। ਨਹੀਂ ਨਹੀਂ। ਚੱਲ ਡਿਸਕਸ਼ਨ ਜੇ ਕਰਉਂ ਪਏ ਨਾ ਤਾਂ ਸੰਗਤ ਇਨਵੋਲ ਕੀਤਾ ਜਾਏ ਜੀ ਬਹੁਤ ਜ਼ਿਆਦਾ ਕੰਮ ਰਹਿ ਗਿਆ। ਠੀਕ ਹੈ। ਓਕੇ ਐ ਐਕਚੁਅਲੀ ਇਹ ਮੇਰੇ ਹੱਥ ਵਿੱਚ ਨਹੀਂ ਹੈਗਾ ਅਸਲ ਵਿੱਚ ਪਤਾ ਕੀ ਹੈ ਦੇਖੋ ਉਹ ਗੱਲ ਤੁਹਾਡੀ ਸਹੀ ਹੈ ਉਹ ਕੀਤਾ ਜਾ ਸਕਦਾ ਹੈ ਪਰ ਉਹਨੂੰ ਵੱਖਰੇ ਤੌਰ ਤੇ ਕਿਉਂਕਿ ਇਹ ਜਿਹੜਾ ਕੋਰਸ ਹੈ ਨਾ ਇਹਦੇ ਵਿੱਚ 40 ਤੋਂ ਉੱਪਰ ਸਬਜੈਕਟ ਲਏ ਹੁੰਦੇ ਨੇ ਤੇ ਉਹ ਸਾਰੇ ਵਿਸ਼ੇ ਸਮਾਪਤ ਕਰਨੇ ਹੁੰਦੇ ਨੇ ਸੋ ਅਸੀਂ ਡਿਸਕਸ਼ਨ ਨੂੰ ਮਤਲਬ ਕੀ ਕੁਝ ਹੱਦ ਤੱਕ ਕਰ ਸਕਦੇ ਹਾਂ ਪਰ ਜੇ ਅਸੀਂ ਡਿਸਕਸ਼ਨ ਓਪਨ ਬਿਲਕੁਲ ਕਰ ਦਾਂਗੇ ਫਿਰ ਉਹ ਬਹੁਤ ਲੰਬਾ ਸੈਸ਼ਨ ਹੋ ਜਾਏਗਾ ਹਾਂ ਤੁਸੀਂ ਵਿੱਚ ਵਿੱਚ ਸਵਾਲ ਪੁੱਛੀ ਜਾਓ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਕਿ ਇੱਕ ਇੱਕ ਸ਼ਬਦ ਦਾ ਅਰਥ ਦੱਸਿਆ ਜਾਵੇ ਤੁਸੀਂ ਨੋਟ ਵੀ ਕਰੋ ਬਾਅਦ ਚੋ ਜਿਲੇ ਅਸੀਂ ਇਨਫੋਰਮਲੀ ਮਿਲਦੇ ਆ ਤੁਸੀਂ ਬਾਅਦ ਚੋ ਵੀ ਗੱਲਾਂ ਪੁੱਛ ਸਕਦੇ ਹੋ ਅਸੀਂ ਦੱਸ ਸਕਦੇ ਆ ਇਹਦੇ ਵਿੱਚ ਕੋਈ ਦੇਖੋ ਬੇਟਾ ਇਹ ਪਤਾ ਕੀ ਹੈ ਜਦੋਂ ਬੱਚਾ ਪਹਿਲੀ ਵਾਰ ਕੋਈ ਅਸੀਂ ਪਹਿਲੀ ਕਲਾਸ ਵਿੱਚ ਜਾਂਦੇ ਆ ਮਤਲਬ ਕਿ ਕੋਈ ਨਵਾਂ ਟੌਪਿਕ ਤਿਆਰ ਹੁੰਦਾ ਹੈ ਨਿਊਟਨ ਲਾਅ ਸਮਝਣ ਨੂੰ ਪਤਾ ਨਹੀਂ ਕਿੰਨੀ ਵਾਰ ਨਿਊਟਨ ਲਾਅ ਪੜ੍ਹੇ ਹੋਣੇ ਨੇ ਨਿਊਟਨ ਲਾਅ ਵਗਰੇ 15 20 25 ਵਾਰ ਪੜ੍ਹਿਆ ਤਦ ਦੇ ਆ ਕੇ ਮਰ ਕੇ ਤੇ ਪੱਲੇ ਪਿਆ ਫਿਰ ਵੀ ਕਈ ਗਲਤੀਆਂ ਰਹਿ ਗਈਆਂ ਆਰਕੀਮੀਡਸ ਪ੍ਰਿੰਸੀਪਲ ਜਿਹੜੇ ਬੱਚੇ ਸਕੂਲ ਜਾ ਵੀ ਆਏ ਨੇ ਨਾ 12 ਕਰ ਲਈਏ ਮੈਂ ਉਹਨਾਂ ਨੂੰ ਅੱਜ ਪੁੱਛ ਲਾਂਗਾ ਚੱਕਰ ਖਾ ਜਾਣਗੇ ਮੈਥ ਦੇ ਸਵਾਲ ਅਗਰ ਮੈਂ ਅੱਜ ਪੁੱਛ ਲਵਾਂ ਕਿਸੇ ਨੂੰ 6ਵੀਂ 7ਵੀਂ ਦੇ ਲੈਵਲ ਦਾ ਉਹ ਵੀ ਬੱਚਾ ਚੱਕਰ ਖਾ ਜਾਏਗਾ ਸੋ ਕੱਲੀ ਗੁਰਬਾਣੀ ਨਹੀਂ ਹੈ ਹਰ ਚੀਜ਼ ਦਏਗਾ ਹੋਰ ਹਰ ਚੀਜ਼ ਅਭਿਆਸ ਮੰਗਦੀ ਹੈ ਪ੍ਰੈਕਟਿਸ ਮੰਗਦੀ ਹੈ ਜੇਸੀਂ ਟੱਚ ਵਿੱਚ ਰਵਾਂਗੇ ਕਿਉਂਕਿ ਮੈਂ এডਿਊਕੇਸ਼ਨ ਦੇ ਵੀਡੀਓ ਬਣਾਉਣਾ ਤੇ ਮੈਨੂੰ ਇਸ ਗੱਲ ਦਾ ਪਤਾ ਹੈਗਾ ਸੋ ਜਿਹੜੀ ਗੱਲ ਤੁਸੀਂ ਬਾਰ-ਬਾਰ ਕਰਦਾਈ ਤੇ ਗੁਰਸਾਹਿਬ ਨੇ ਬਾਰ-ਬਾਰ ਬਾਰਪਰਵ ਜਪੀ ਹੈ ਇਹ ਬਾਰ-ਬਾਰ ਕਰਨਾ ਪੈਣਾ ਹੈ ਸੋ ਇਹਨੂੰ ਅਭਿਆਸ ਬਣਾਉਣਾ ਪਏਗਾ ਇਹ ਸੁਆਹ ਬਣਾਉਣਾ ਪਏਗਾ ਤੇ ਹੌਲੀ ਹੌਲੀ ਫਿਰ ਕੀ ਹੈ ਐਨੀ ਸੋਖਾ ਨਹੀਂ ਹੈ ਹੌਲੀ ਹੌਲੀ ਸਵਾਦ ਆਉਂਦਾ ਸੋ ਇਹ ਇਹ ਗੱਲ ਮੰਨ ਕੇ ਚੱਲੋ ਕਿ ਸ਼ੁਰੂ ਸ਼ੁਰੂ ਵਿੱਚ ਬੇਰਸਾ ਲੱਗੇਗਾ ਇਹਨੂੰ ਤਾਂ ਹੀ ਗੁਰਸਾਹਿਬ ਨੇ ਗੁਰਬਾਣੀ ਚ ਅਲੂਣੀ ਸੇਲ ਚੱਟਣ ਬਾਰੇ ਕਿਹਾ ਅਲੂਣੀ ਸੇਲ ਚੱਟਣਾ ਹੁੰਦਾ ਹੈ ਬੇਸਵਾਦਾ ਕੰਮ ਪਰ ਬਾਅਦ ਚ ਫਿਰ ਸਵਾਦ ਆਣ ਲੱਗ ਜਾਂਦਾ ਹੈ ਉਹ ਜਿਹੜੇ ਕਿਉਂਕਿ ਸਾਡੇ ਜਿਹੜੇ ਇੰਦਰੀਆਂ ਦੇ ਰਸ ਨੇ ਉਹ ਇੰਨੇ ਪ੍ਰਬਲ ਨੇ ਕਹਿੰਦੇ ਇੰਦਰੀ ਸਭਲ ਨਿਬਲ ਵਿਵੇਕ ਬੁੱਧ ਪਰਮਾਰਥ ਪਰਵੇਸ਼ ਨਹੀਂ ਇੰਦਰੀਆਂ ਜਿਹੜੀਆਂ ਨੇ ਉਹ ਇੰਨੀਆਂ ਤਗੜੀਆਂ ਹੋਈਆਂ ਪਈਆਂ ਨੇ ਤੇ ਬੁੱਧੀ ਜਿਹੜੀ ਹੈਗੀ ਉਹ ਨਿਰਬਲ ਹੋ ਚੁੱਕੀ ਹੈ ਕਮਜ਼ੋਰ ਹੋ ਚੁੱਕੀ ਹੈ ਉਹ ਬੁੱਧੀ ਨੂੰ ਤਗੜੇ ਕਰਨਾ ਹੈ ਤਗੜੇ ਕਿੱਦਾਂ ਕਰਨਾ ਹੈ ਗੁਰੂ ਦੀ ਬਾਣੀ ਦੇ ਨਾਲ ਗੁਰੂ ਦੀ ਬਾਣੀ ਨਾਲ ਜਦ ਬੁੱਧੀ ਵਿਵੇਕਸ਼ੀਲ ਹੋਏਗੀ ਫਿਰ ਇਹ ਇੰਦਰੀਆਂ ਜਿਹੜੀਆਂ ਨੇ ਇਹ ਕਾਬੂ ਜਾਣ ਗਈਆਂ ਫਿਰ ਇਹ ਰਸ ਘਟਣਗੇ ਤੇ ਉਹ ਰਸ ਕਹਿੰਦੇ ਇਹ ਰਸ ਆਵੇ ਉਹ ਰਸ ਆਵਾ ਫਿਰ ਜਿਹੜੇ ਉਹ ਰਸ ਆਏਗਾ ਤੇ ਇਹ ਵਾਲੇ ਬਾਕੀ ਰਸ ਫਿਰ ਜਿਹੜੇ ਨੇ ਇਹ ਫਿੱਕੇ ਲੱਗਣੇ ਸ਼ੁਰੂ ਹੋ ਜਾਣਗੇ ਸੋ ਇਹ ਉਦੀ ਬਖਸ਼ਿਸ਼ ਵੀ ਹੈ ਸਾਡਾ ਉਦਮ ਵੀ ਹੈ ਅਰਦਾਸ ਵੀ ਹੈ ਸਾਰੇ ਰਲਵਾ ਕਮ ਹੈਗਾ ਸੋ ਐ ਐਮਲ ਕੀ ਸਹਜੇ ਸਹਜੇ ਹੁੰਦਾ ਸੋ ਮੈਂ ਕਹਾਂਗਾ ਪਰ ਸਹਿਜ ਬਗੇ ਸੋ ਮਿੱਠਾ ਹੋਏ ਸੋ ਹਿੰਮਤ ਨਹੀਂ ਹਾਰਨੀ ਇਸ ਗੱਲ ਤੋਂ ਐ ਕੁਦਰਤੀ ਗੱਲ ਹੈ ਜੀ ਮੰਨਣਾ ਸਰ ਪਿੱਛੋਂ ਸੰਗਤ ਵਿੱਚ ਇੱਕ ਕੁਐਸਚਨ ਹੈ ਹਾਂ ਜੀ ਕੀ ਖਾਰੀ ਵੀੜ ਵਰਤਿਆ ਗਿਆ ਸੀ ਸ਼ਬਦ ਅੰਦਰ ਹੀ ਆਪਕੀ ਖੜਾ ਤੋਂ ਉਹ ਸਬਦ ਹਾਂ ਜੀ ਉਹਨਾਂ ਦਾ ਡਾਊਟ ਕਲੀਅਰ ਕਰ ਹਾਂ ਜੀ ਹਾਂ ਜੀ ਹਾਂਜੀ ਜੀ ਜੀ ਵਰਜਨ ਦੇ ਵੀ ਕੋਲੋਂ ਪ੍ਰਭਾਤ ਸਾਹਿਬ ਲੈ ਕੇ ਤੋਂ ਸੰਪਰਕ ਕੀਤਾ ਸੀਗਾ ਦੇਖੋ ਗੁਰ ਅਰਜਨ ਦੇਵ ਜੀ ਕਿਹਾ ਸੀ ਇਹ ਭਾਈ ਬੰਨੂ ਦੀ ਖਾਰੀ ਥੀ ਜਿੱਦਾਂ ਕੀ ਪਾਵਾਂ ਅ ਮੈਨੂੰ ਵਰਜੀ ਮੈਂ ਇੱਥੇ ਖਿਮਾ ਚਾਹਨਾ ਕਿ ਮੇਰੀ ਇਤਿਹਾਸ ਦੀ ਸਟੱਡੀ ਬਿਲਕੁਲ ਨਹੀਂ ਹੈ ਗਈ ਵੈਸੇ ਖਾਰੀ ਦੇ ਮੈਨੂੰ ਦੋ ਮਤਲਬ ਪਤਾ ਨੇ ਇੱਕ ਤੇ ਖਾਰੀ ਦਾ ਮਤਲਬ ਹੁੰਦਾ ਹੈ ਪਟਾਰੀ ਤੇ ਇੱਕ ਖਾਰੀ ਜਿੱਦਾਂ ਇਸਤਰੀ ਲੈਂਗੁਏਜ ਵਿੱਚ ਜਿੱਦਾਂ ਮੈਂ ਕਹਾਂ ਖਾਰੀ ਟੇਸਟ ਵਾਲੀ ਖਾਰਾ ਪਾਣੀ ਜਿੱਦਾਂ ਹੁੰਦਾ ਤੇ ਉਹਦਾ ਇਸ ਤਰ੍ਹਾਂ ਪਰ ਇੱਥੇ ਜਿਹੜਾ ਤੁਸੀਂ ਇਹ ਗੱਲ ਕਰ ਰਹੇ ਹੋ ਕਿਉਂਕਿ ਇਹਦੇ ਬਾਰੇ ਮੈਂ ਕੋਈ ਬਿਲਕੁਲ ਵੀ ਅੰਦਾਜ਼ਾ ਨਹੀਂ ਲਗਾਉਣਾ ਚਾਹੁੰਦਾ ਤੁੱਕਾ ਨਹੀਂ ਲਗਾਉਣਾ ਚਾਹੁੰਦਾ ਕਿਉਂਕਿ ਮੇਰੀ ਇਤਿਹਾਸ ਦੀ ਸਟੱਡੀ ਬਿਲਕੁਲ ਜ਼ੀਰੋ ਹੈਗੀ ਹੈ ਮੇਰਾ ਸਾਰਾ ਸਮਾਂ ਜਿਹੜਾ ਹੈਗਾ ਉਹ ਗੁਰਬਾਣੀ ਤੇ ਇਸੇ ਲੱਗਦਾ ਹੈ ਹਾਲਾਂਕਿ ਮੈਨੂੰ ਇਤਿਹਾਸ ਦੀ ਨੋਲਿਜ ਵੀ ਹੋਣੀ ਚਾਹੀਦੀ ਹੈ ਪਰ ਕਿਉਂਕਿ ਇਹ ਤੋਂ ਹੀ ਸਮਾਂ ਨਹੀਂ ਮਿਲ ਪੰਦਾ ਜਦੋਂ ਇਹ ਕੰਮ ਥੋੜਾ ਹੋਰ ਹੋ ਜਾਏਗਾ ਤੇ ਫਿਰ ਮੈਂ ਹੌਲੀ-ਹੌਲੀ ਇਤਿਹਾਸ ਦੀ ਸਟੱਡੀ ਵੀ ਕਰਾਂਗਾ ਤੇ ਜਿਸ ਵਿਸ਼ੇ ਬਾਰੇ ਮੈਨੂੰ ਪਤਾ ਨਹੀਂ ਹੈਗਾ ਉਸ ਵਿਸ਼ੇ ਬਾਰੇ ਮੈਂ ਕੋਈ ਬਿਲਕੁਲ ਅੰਦਾਜ਼ਾ ਨਹੀਂ ਲਗਾਉਣਾ ਚਾਹੁੰਦਾ ਜੀ ਮੈਂ ਖਿਮਾ ਮੰਗਦਾ ਹਾਂਜੀ ਹਾਂ ਮੈਂ ਉਹ ਤੁਹਾਨੂੰ ਹੁਣੇ ਮੈਂ ਹੁਣੇ ਦਿਖਾ ਦਿੰਦਾ ਤੇ ਤੁਸੀਂ ਉਹ ਨੋਟ ਕਰ ਲੈਣਾ ਤੇ ਜਾਂ ਫਿਰ ਮੈਂ ਗਰੁੱਪ ਦੇ ਵਿੱਚ ਵੀ ਜੋ ਐਪ ਦਾ ਲਿੰਕ ਭੇਜਦਾਗਾ ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਕਰ ਦੇਣਾ ਠੀਕ ਹੈ ਜੀ ਉਹ ਜ਼ਿਆਦਾ ਵਧੀਆ ਰਹੇਗਾ ਮੈਂ ਇਹਨਾਂ ਨੂੰ ਭੇਜਦਾਗਾ ਔਰ ਸਾਰੇ ਤੁਹਾਨੂੰ ਭੇਜ ਦੇਵਾਂਗਾ ਸੋ ਹਾਂਜੀ ਹਾਂ ਹੈਂ ਇਹ ਤਿੰਨੋਂ ਸ਼ਬਦਾਂ ਦਾ ਮਤਲਬ ਹੈ ਡੂੰਗਾ ਜਿਹਦੀ ਥਾ ਪਾਈ ਨਹੀਂ ਜਾ ਸਕਦੀ ਅਥਾ ਥਾ ਹੁੰਦੀ ਹੈ ਭੀ ਜਿੱਦਾਂ ਬਾਟਮ ਕਿਸੇ ਸਰੋਵਰ ਦਾ ਸਮੁੰਦਰ ਦਾ ਤਲ ਉਹਨੂੰ ਕਹਿੰਦੇ ਥਾ ਮੈਂ ਕਹਿੰਦਾ ਇਹ ਗੱਲ ਦੀ ਥਾ ਪਾਈ ਨਹੀਂ ਜਾ ਸਕਦੀ ਤੇ ਉਹ ਬਣ ਗਿਆ ਅਥਾ ਬਹੁਤ ਡੂੰਗਾ ਤੇ ਇਹਦਾ ਦੂਜਾ ਰੂਪ ਹੈ ਅਸਗਾਹ ਅਗਾ ਉਹ ਵੀ ਇਹੀ ਹੈ ਅਗਾ ਅਸਗਾਹ ਅਥਾ ਇਹ ਤਿੰਨੋਂ ਸਮਾਨਾਰਥੀ ਸ਼ਬਦ ਨੇ ਸਿਨੋਨਿਮਸ ਨੇ ਅਮ ਤਾਂ ਦਾ ਸੇ ਵੀ ਤੁਹਾਡੀ ਵੋਕੈਬਲਰੀ ਜਿਹੜੀ ਹੈ ਤੁਸੀਂ ਬਿਲਡ ਅਪ ਕਰੋਵੇਂ ਦੇਖੋ ਗੁਰਬਾਣੀ ਬਿਲਡ ਅਪ ਦੇ ਕੀ ਤਰੀਕੇ ਨੇ ਇੱਕ ਤੇ ਰੂਟ ਵਰਡ ਨੂੰ ਦੇਖੋ ਉਹਦੇ ਉਦੋਂ ਕਿਹੜੇ ਕਿਹੜੇ ਸ਼ਬਦ ਆਉਂਦੇ ਨੇ ਫਿਰ ਸਿਨੋਨਿਮਸ ਨੂੰ ਦੇਖੋ ਸਮਾਨਾਰਥੀ ਸ਼ਬਦ ਕਿਹੜੇ-ਕਿਹੜੇ ਨੇ ਜਿਦਾ ਅਗਨ ਪਾਵਕ ਅੱਗ ਐ ਵੀ ਸਮਾਨਾਰਥੀ ਸ਼ਬਦ ਨੇ ਸਵਾਨ ਕੁੱਤਾ ਕੋਕਰ ਐ ਵੀ ਸਮਾਨਾਰਥੀ ਸ਼ਬਦ ਨੇ ਖਰ ਖਟੂ ਇਹ ਆਪਣਾ ਗਰਦਬ ਇਹ ਖੋਤੇ ਵਾਸੇ ਆ ਗਏ ਨੇ ਹਣਾ ਇਹ ਸਮਾਨਾਰਥੀ ਸ਼ਬਦ ਹੋ ਗਏ ਫਿਰ ਕੁੰਚਰ ਹਸਤੀ ਹਾਥੀ ਮੈਗਲ ਇਹ ਹਾਥੀ ਦੇ ਸਮਾਨਾਰਥੀ ਸ਼ਬਦ ਨੇ ਤੇ ਦੂਜਾ ਵਿਰੋਧੀ ਅਰਥ ਸਚਿਆਰ ਕੁੜਿਆਰ ਗੁਰਮੁਖ ਮਨਮੁਖ ਸਿਆਣਾ ਈਆਣਾ ਇਹ ਨਾਲ ਕੀ ਇਹ ਕੀ ਇਸ ਤਰੀਕੇ ਦੇ ਨਾਲ ਤੁਸੀਂ ਆਪਣੀ ਵੋਕੈਬਲਰੀ ਜਿਆਦਾ ਵਧੀਆ ਬਿਲਡ ਅਪ ਕਰ ਸਕਦੇ ਹੋ ਮੈਂ ਮੈਂ ਇਹਨਾਂ ਨੂੰ ਲਿੰਕ ਭੇਜਾਂਗਾ ਇਹ ਗਰੁੱਪ ਚ ਪਾ ਰਣਗੇ ਹਾਂਜੀ ਉਪਾਦ ਹੁੰਦਾ ਹੈ ਰੋਗ ਰੋਗ ਆਂ ਆਪਣਾ ਕਹ ਲੋ ਬਖੇੜਾ ਝੰਜਟ ਝਮੇਲਾ ਮੁਸੀਬਤ ਹੋਰ ਕੋਈ ਜੀ ਠੀਕ ਹੈ ਜੀ ਚਲੋ ਜੀ ਇੱਥੇ ਹੀ ਸਾਡੇ ਸੈਸ਼ਨ ਦੀ ਸਮਾਪਤੀ ਇਸ ਸਮਾਂ ਵੀ ਹੋ ਗਿਆ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਭੁੱਲਾਂ ਚੁੱਕਾਂ ਦੀ ਖਿਮਾ ਗੱਜ-ਵੱਜ ਕੇ ਫਤਿਹ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ